ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਭੂਮੀ ਅੰਬੇਦਕਰ ਭਵਨ ਵਿਖੇ ਸ੍ਰੀ ਰਮੇਸ਼ ਚੰਦਰ ਰਿਟਾਇਰ ਅੰਬੈਸਡਰ ਦੁਆਰਾ ਉੱਤਰੀ ਭਾਰਤ ਵਿੱਚ ਲੈਦਰ ਉਦਯੋਗ ਦੇ ਪ੍ਰਸਿੱਧ ਕੇਂਦਰ ਬੂਟਾ ਮੰਡੀ ਦੇ ਸ਼ਤਾਬਦੀ ਵਰੇ ਤੇ ਲਿਖੀ ਅਤੇ ਸੰਪਾਦਿਤ ਪੁਸਤਕ ਬੂਟਾ ਮੰਡੀ ਨਰਵ ਸੈਂਟਰ ਆਫ ਦਲਿਤ ਚੇਤਨਾ ਲੋਕ ਅਰਪਿਤ ਕੀਤੀ ਗਈ। ਦਲਿਤ ਚੇਤਨਾ ਦੇ ਕੇਂਦਰ ਬੂਟਾ ਮੰਡੀ ਨਾਲ ਜੁੜੇ 100 ਸਾਲਾ ਇਤਿਹਾਸ ਨੂੰ ਪ੍ਰਗਟਾਉਂਦੀ ਇਸ ਪੁਸਤਕ ਦੇ ਰਿਲੀਜ਼ ਸਮਾਰੋਹ ਵਿੱਚ ਬੂਟਾ ਮੰਡੀ ਨਾਲ ਸੰਬੰਧਿਤ ਪੰਜਾਬ ਦੀਆਂ 2 IAS ਉੱਚ ਅਧਿਕਾਰੀ ਸ਼੍ਰੀਮਤੀ ਬਬੀਤਾ ਕਲੇਰ, ਸ਼੍ਰੀਮਤੀ ਅਨੁਪਮ ਕਲੇਰ PCS ਅਤੇ ਓਂਕਾਰ ਨਾਥ ਸੇਵਾ ਮੁਕਤ ਡਿਪਟੀ ਕੰਟਰੋਲਰ ਜਨਰਲ ਭਾਰਤ ਸਰਕਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਪ੍ਰੋਫੈਸਰ ਮਹੇਸ਼ ਚੰਦਰ ਨੇ ਸਟੇਜ ਦਾ ਸੰਚਾਲਨ ਕਰਦਿਆਂ ਪ੍ਰਮੁੱਖ ਸ਼ਖਸੀਅਤਾਂ ਸਮੇਤ ਪੰਜਾਬ ਭਰ ਤੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਸਾਥੀਆਂ ਦਾ ਸਵਾਗਤ ਕੀਤਾ। ਪੁਸਤਕ ਦੇ ਲੇਖਕ ਸ਼੍ਰੀ ਰਮੇਸ਼ ਚੰਦਰ ਸੇਵਾ ਮੁਕਤ ਰਾਜਦੂਤ ਦਾ ਕਹਿਣਾ ਹੈ ਕਿ ਇਹ ਪੁਸਤਕ ਰਿਲੀਜ਼ ਸਮਾਰੋਹ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਈ ਉਹਨਾਂ ਦੀ ਪਤਨੀ ਸ਼੍ਰੀਮਤੀ ਵਿਦਿਆ ਚੰਦਰ ਦੀ ਨਿੱਘੀ ਯਾਦ ਅਤੇ ਨਾਰੀ ਸ਼ਕਤੀ ਨੂੰ ਸਮਰਪਿਤ ਹੈ। ਉਹਨਾਂ ਨੇ ਬੂਟਾ ਮੰਡੀ ਨਾਲ ਸੰਬੰਧਿਤ ਪੰਜਾਬ ਦੀਆਂ ਪ੍ਰਸ਼ਾਸਨਕ ਉੱਚ ਅਧਿਕਾਰੀਆਂ, ਔਰਤਾਂ ਸਮੇਤ ਨਿਆਂ ਪ੍ਰਣਾਲੀ ਨਾਲ ਸੰਬੰਧਿਤ ਉੱਚ ਪਦਵੀਆਂ ਦੇ ਵਿਰਾਜਮਾਨ ਹੋਰ ਅਧਿਕਾਰੀ ਔਰਤਾਂ ਦਾ ਜ਼ਿਕਰ ਵੀ ਕੀਤਾ। ਭਾਰਤ ਸਰਕਾਰ ਦੇ ਸੇਵਾ ਮੁਕਤ ਡਿਪਟੀ ਕੈਗ ਓਂਕਾਰ ਨਾਥ, ਅੰਬੇਦਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾਕਟਰ GC ਕੌਰ, ਹਰਵੰਸ ਵਿਰਦੀ UK, ਹਰਮੇਸ਼ ਜੱਸਲ, ਮਨੋਹਰ ਲਾਲ ਮਹੇ ਹੋਰਾਂ ਨੇ ਵੀ ਪੁਸਤਕ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਹ ਜਾਣਕਾਰੀ ਬਲਦੇਵ ਰਾਜ ਭਾਰਦਵਾਜ ਜਨਰਲ ਸਕੱਤਰ ਅੰਬੇਦਕਰ ਮਿਸ਼ਨ ਸੁਸਾਇਟੀ ਪੰਜਾਬ ਰਜਿਸਟਰ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ 2 ਕਿਤਾਬਾਂ ਅੰਬੈਸਡਰ ਸਾਹਿਬ ਦੀਆਂ ਜਿਹੜੀਆਂ ਨੇ ਉਹ ਲਾਂਚ ਹੋ ਚੁੱਕੀਆਂ ਨੇ, ਜਿਹਨਾਂ ਨੂੰ ਵੀ ਕਾਫੀ ਅੱਛਾ ਰਿਸਪੋਂਸ ਉਹ ਮਿਲਿਆ ਹੈ। ਜਿਸ ਤਰ੍ਹਾਂ ਕਿ ਤੁਸੀਂ ਆਪਣੇ ਸਾਹਮਣੇ ਵੀ ਦੇਖਦੇ ਹੋ, ਟਾਈਟਲ ਬੂਟਾ ਮੰਡੀ ਦਾ ਨਰਵ ਸੈਂਟਰ ਆਫ ਦਲਿਤ ਚੇਤਨਾ। ਸੋ ਇੱਕ ਵਾਰ ਫਿਰ ਤੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਹਾਰਦਿਕ ਸਵਾਗਤ। ਮੈਂ ਬੇਨਤੀ ਕਰਾਂ IFS ਰਿਟਾਇਰਡ ਅੰਬੈਸਡਰ ਰਮੇਸ਼ ਚੰਦਰ ਜੀ, ਲੇਖਕ ਔਰ ਟੀਟਨ ਵੀ ਔਥਰ ਵੀ ਨੇ ਬੁੱਕ ਦੇ, ਉਹ ਕਿਰਪਿਆ ਸਟੇਜ ਸੈਂਟਰ ਸਟੇਜ ਆ ਜਾਣ ਅਤੇ ਆਪਣੀ ਪੇਸ਼ ਕਰਨ। ਬੂਟਾ ਮੰਡੀ ਦਾ ਨਰਵ ਸੈਂਟਰ ਆਫ ਦਲਿਤ ਚੇਤਨਾ, ਇਹ ਮੇਰੇ ਦਿਮਾਗ ਦਾ ਟੋਪਿਕ ਤਾਂ ਸੀਗਾ, ਪਰ ਮੇਰੀ ਇਮੀਡੀਏਟ ਪ੍ਰੋਵੋਕੇਸ਼ਨ ਹੋਈ ਕਿ ਕੁਛ ਕਰਨਾ ਚਾਹੀਦਾ, ਕੁਛ ਲਿਖਣਾ ਚਾਹੀਦਾ। ਮੇਰੇ ਮਿੱਤਰ ਇੱਥੇ ਬੂਟਾ ਮੰਡੀ ਦੀ ਬੁੱਕ ਦੇ, ਬੂਟਾ ਮੰਡੀ ਦੇ ਖਾਣ ਪੀਣ ਜਿਹੜੇ ਮੇਰੇ ਮਿੱਤਰ ਸੀ, ਉਹਨਾਂ ਨੇ ਕਿਹਾ ਵੀ ਬੂਟਾ ਮੰਡੀ 100 ਸਾਲ ਬਾਅਦ ਆਏਗਾ, 100 ਸਵਾਂ ਸਾਲ ਹੀ ਲਗਭਗ ਅਸੀਂ ਸੈਂਟਰ ਹੀ ਮਨਾਉਣੇ ਚਾਹੁੰਦੇ ਹਾਂ। ਮੈਂ ਕਿਹਾ ਬਹੁਤ ਚੰਗੀ ਗੱਲ ਆ, ਮੈਂ ਵੀ ਮਾੜਾ ਮੋਟਾ ਆਪਣੇ ਵਿੱਚ ਕੰਟਰੀਬਿਊਸ਼ਨ ਕਰ ਜਾਂਗਾ, ਅਤੇ ਇਹ ਕੰਟਰੀਬਿਊਸ਼ਨ ਮੇਰਾ ਸਮਝ ਲਓ ਬੜਾ ਸ਼ੋਰ ਸੁਣਦੇ ਅਤੇ ਪਹਿਲੂ ਨਹੀਂ ਦਿਲ ਕਰ, ਬੜਾ ਸ਼ੋਰ ਸੁਣਦੇ ਅਤੇ ਪਹਿਲੂ ਨਹੀਂ ਦਿਲ ਕਰ, ਮਤਲਬ ਜੋ ਚੀਰਾ ਅਤੇ ਕਦਰਾ ਖੂਨ ਨਹੀਂ। ਇਹ ਬੂਟਾ ਮੰਡੀ ਮੇਰੇ ਮਿੱਤਰ ਯਾਰ ਸਾਰੇ ਸੁਣ ਲੈਣ ਦਾ ਚੰਗਾ, ਬੜਾ ਸ਼ੋਰ ਸੁਣਦੇ ਅਤੇ ਪਹਿਲੂ ਮੇਰੇ ਦਿਲ ਕਰ, ਮਗਰ ਦੂਜੀ ਦਾ ਦੇਖ ਕਰ ਖੋਲਣਾ ਨਿਕਲਾ। ਇਸ ਕਰਕੇ ਇੱਥੇ ਇਹ ਗੱਲ ਖਤਮ ਕਰਨਾ ਚਾਹੁੰਦਾ, ਚੋਰੀ ਗੱਲ ਨਹੀਂ। ਕਿਤਾਬ ਜਿਹੜੇ ਵੀ ਬੰਦੇ ਪੜ੍ਹ ਸਕਣ ਪੜ੍ਹਨ, ਅਤੇ ਜੇ ਕੁਛ ਉਹ 'ਚ ਕੰਮ ਦੀ ਗੱਲ ਹੋਵੇ ਤਾਂ ਸਮਝ ਲੈਣਾ ਵੀ ਮਾਣਯੋਗੀ ਹੈ, ਜੇ ਨਹੀਂ ਹੈ ਤਾਂ ਕਮਜ਼ੋਰੀ ਮੇਰੀ ਹੈ ਕਿ ਮੈਨੂੰ ਨਹੀਂ ਆਉਂਦਾ ਕੁਛ, ਜਾਂ ਮੈਨੂੰ ਗਿਆਨ ਨਾ ਸੀ ਜ਼ਿਆਦਾ, ਤੋਂ ਜ਼ਿਆਦਾ ਗਿਆਨੀ ਮੈਂ ਉਹਨਾਂ ਨੂੰ ਸਿੱਖਣ ਨੂੰ ਹਮੇਸ਼ਾ ਹੀ ਤਿਆਰ ਰਹਾਂਗਾ।
ਅਤੇ ਇਸ ਕਿਤਾਬ ਦੇ ਲਿਖਣ ਦੇ ਵਿੱਚ ਮੈਂ ਤਾਂ ਜਿਹੜਾ ਤਿੰਨ ਪਾਰਟ 'ਚ ਇਹ ਕਿਤਾਬ ਹੈਗੀ ਹੈ। ਇੱਕ ਪਾਰਟ ਪਹਿਲਾਂ ਹੈਗਾ ਔਨ ਦ ਪੈਨਸ ਔਰ ਦ ਸੰਸ ਔਫ ਦ ਸਾਇਲ। ਮੈਂ ਕੋਸ਼ਿਸ਼ ਕੀਤੀ ਕਿ ਬੂਟਾ ਮੰਡੀ ਦੇ ਹੀ ਕੁਛ ਬੰਦਿਆਂ ਨੂੰ ਇਨਵੋਲਵ ਕਰਾਂ ਤਾਂ ਕਿ ਉਹ ਵੀ ਬੂਟਾ ਮੰਡੀ ਬਾਰੇ ਕੁਛ ਦੱਸ ਸਕਣ। ਟੌਪਿਕ ਦੀ ਤਾਂ ਥੀਮ ਦੀ ਕੋਈ ਪਾਬੰਦੀ ਨਹੀਂ ਮੈਂ ਲਾਈ। ਮੈਂ ਕਿ ਜੋ ਕੁਛ ਵੀ ਤੁਸੀਂ ਬੂਟਾ ਮੰਡੀ ਵਿੱਚ ਲਿਖਣਾ ਚਾਹੁੰਦੇ ਹਾਂ, ਕਲਚਰਲੀ, ਸੋਸ਼ਲੀ, ਰਿਲੀਜੀਅਸਲੀ, ਪੋਲੀਟੀਕਲੀ, ਡਿਵੈਲਪਮੈਂਟ, ਬਿਜ਼ਨਸ, ਜੋ ਮਰਜ਼ੀ, ਅਤੇ ਬਾਹਲੇ ਰਿਸਪੋਂਸ ਫਿਰ ਮੈਂ ਉਹੀ ਗੱਲ ਬਾਹਲਾ ਕਿੰਨੀਆਂ ਬੰਦਿਆਂ ਨੂੰ ਲਿਖਿਆ ਉਹਨੂੰ ਬੂਟਾ ਮੰਡੀਆਂ ਨੂੰ ਰਿਮਾਇੰਡ ਕੀਤਾ ਲਿਖ ਕੇ ਜਵਾਨੀ ਕਲਾਮੀ ਕੋਈ ਗੱਲ ਨਹੀਂ। ਬਾਹਲਾ ਰਿਸਪੋਂਸ ਨਹੀਂ ਆਇਆ ਪਰ ਪੰਜ ਛੇ ਬੰਦੇ ਫਿਰ ਕੁਟਬੇ ਵਿੱਚ ਮੇਰੇ ਨਾਲ ਖੜ੍ਹੇ ਹੋ ਗਏ। ਉਹਨਾਂ ਦੀਆਂ ਰਚਨਾਵਾਂ ਇਹਦੇ ਵਿੱਚ ਜਿਹਦੇ 'ਚ ਹਰਮੇਸ਼ ਢਿੱਸਲ, ਹਰਮੀ ਮਹੇ, ਮਹੇ ਚੰਦਰ, ਮਦਨ ਬਲੇਨਾ, ਖੁਸ਼ਵਿੰਦਰ ਬਿਰਲਾ ਵਗੈਰਾ ਦੀਆਂ ਰਚਨਾਵਾਂ ਉਹਦੇ ਵਿੱਚ ਹੈਗਾ ਪਹਿਲੇ ਪਾਰਟ 'ਚ। ਦੂਸਰੇ ਪਾਰਟ ਦੇ ਵਿੱਚ ਹੈਗਾ ਆ ਦ ਬਿਟਸ ਐਂਡ ਪੀਸਿਸ, ਉਹ ਮੇਰਾ ਆਪਣਾ ਆ। ਉਹ ਵਿੱਚ 51 ਆਰਟੀਕਲ, ਉਹ ਅੰਗਰੇਜ਼ੀ 'ਚ 51 ਆਰਟੀਕਲ ਇੱਕ ਕਲੈਕਸ਼ਨ ਹੀ ਅਸਲਾਂ 'ਚ। ਮੈਂ ਪਿਛਲੇ 10 ਸਾਲਾਂ ਤੋਂ ਬੂਟਾ ਮੰਡੀ ਬਾਰੇ, ਬੂਟਾ ਮੰਡੀਅਨ ਇੱਕ ਨਵੀਂ ਇੱਕ ਪੁਆਇੰਟ ਮੈਂ ਹੀ ਪੁਆਇੰਟ ਕੀਤਾ ਬੂਟਾ ਮੰਡੀਅਨ 10 ਸਾਲ ਪਹਿਲੇ ਨਹੀਂ ਕੀਤਾ। 10 ਸਾਲ ਤੋਂ ਜਦੋਂ ਵੀ ਰੈਫਰ ਕਰਦਾ ਆਪਣੇ ਮਿੱਤਰਾਂ ਦੋਸਤਾਂ ਨੂੰ ਬੂਟਾ ਮੰਡੀ ਬੋਲਿਆ ਨੂੰ, ਮੈਂ ਮਾਈ ਫੈਲੋ ਬੂਟਾ ਮੰਡੀ ਤੋਂ ਉਹਦੇ ਬਹੁਤ ਸਾਰੇ ਆਰਟੀਕਲ ਮਾਈ ਫੈਲੋ ਬੂਟਾ ਮੰਡੀਅਨ ਦੇ ਬਾਰੇ ਹੈ। ਬੂਟਾ ਮੰਡੀ ਕੀ ਆ, ਇੱਥੇ ਬਿਜ਼ਨਸ ਕੀ ਸੀ, ਸ਼ੇਡ ਕੀ, ਬਾਕੀ ਦੁੱਖ ਸੁੱਖ ਹਿੱਸਾ ਲੈ ਕੇ ਕਦੀ ਐਪਰੀਸ਼ੀਏਸ਼ਨ ਕੀਤੀ ਆ, ਕਦੀ ਦੁੱਖ ਸੁੱਖ ਹਿੱਸਾ ਲਿਆ, ਉਹ ਸਾਰੇ ਆਰਟੀਕਲ ਦਾ 50 ਆਰਟੀਕਲ ਜਿਹੜੇ ਇਸ ਕਿਤਾਬ ਦੇ ਹਿੱਸਾ। ਤੀਸਰਾ ਪਾਠ ਹੈਗਾ ਐਡੀਟਰ ਸਪੀਕ, ਕਿ ਮੈਂ ਵੀ ਸਮਾਜ ਦਾ ਹਿੱਸਾ ਹਾਂ, ਆਪ ਕੋਲ ਕੀ ਹੋ ਰਿਹਾ ਦੇਖ ਰਿਹਾ ਹਾਂ, ਕੁਝ ਚੀਜ਼ਾਂ ਮੈਨੂੰ ਚੰਗੀਆਂ ਲੱਗੀਆਂ ਜਿਹੜੀ ਕਿ ਤੁਹਾਡਾ ਨਾਲ ਸ਼ੇਅਰ ਕਰਨਾ ਕਰਾਂ ਜਾਂ ਆਪ ਨੂੰ ਵਾਈਡਰ ਸਰਕੂਲੇਸ਼ਨ ਲਈ ਪ੍ਰੈਜੈਂਟ ਕਰਾਂ, ਉਹ ਇਸ ਕਿਤਾਬ 'ਚ ਪਾਈਆਂ। ਉਹਦੇ ਵਿੱਚ ਹਾਂ ਜਿਹੜੇ ਇੰਥੂਜ਼ੀਆਜ਼ਮ ਦੇਖੋ ਬੂਟੇ ਮੰਡੀ, ਇੱਕ ਦਿਨ ਮੈਨੂੰ ਅਚਾਨਕ ਇੱਕ ਕਵਿਤਾ ਮਿਲ ਗਈ, ਮੈਂ ਸਰ ਉਹ ਜਾਣ ਦਾ ਨਹੀਂ, ਪ੍ਰੋਤਕ ਪੁਰਸ਼ੋਤਮ ਸਰੋਏ ਚੈਲੇਂਜ ਬੈਠੇ ਸਰ ਪੁਰਸ਼ੋਤਮ ਸਰੋਏ ਆਏ ਸੀ ਸਵੇਰੇ, ਮੈਂ ਦੇਖੇ ਸੀਗੇ। ਉਹਨਾਂ ਨੇ ਮੈਨੂੰ ਕਵਿਤਾ ਭੇਜ ਦਿੱਤੀ ਬੂਟਾ ਮੰਡੀ ਦਾ ਅਮੀਰ ਇਤਿਹਾਸ। ਮੈਂ ਕਿਹਾ ਯਾਰ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ ਇਸ ਬੰਦੇ ਨੂੰ, ਉਹਨੂੰ ਟੈਲੀਫੋਨ ਕੀਤਾ, ਲਿਖਿਆ ਬਹੁਤ ਸੋਹਣਾ ਉਹਨੇ ਕਵਿਤਾ 'ਚ ਲਿਖਿਆ ਸਾਰੀ ਹਿਸਟਰੀ ਵੀ ਆ ਨੰਗਲੀ ਆ ਬਣਾਲੀਏ ਆ ਫਲਾਨਾ ਆ ਮੈਨੂੰ ਇਹ ਵੀ ਚਾਹੀਦਾ ਉਹਨੂੰ ਪਤਾ ਨਹੀਂ ਹੈਗਾ ਯਾਰੀ ਪਤਾ ਇਹ ਕਿੰਨਾ ਦਾ। ਉਹਨੂੰ ਟੈਲੀਫੋਨ ਕੀਤਾ ਕਹਿੰਦਾ ਹਾਂਜੀ ਮੈਨੂੰ ਸੀਤਾ ਰਾਮ ਇਹ ਆ ਬੂਟਾ ਮੰਡੀ ਦੇ, ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕੋਈ ਕਿਤਾਬ ਲਿਖ ਰਹੇ ਆ ਤਾਂ ਮੈਂ ਇਹ ਕਵਿਤਾ ਲਿਖੀ। ਉਹ ਕਵਿਤਾ ਵਿੱਚ ਇਹਦੇ ਨੋਟ ਕੀਤੀ ਜਾਂਦਾ ਬੂਟਾ ਮੰਡੀ ਦਾ ਸੰਗੀਤ ਇਤਿਹਾਸ। ਦੂਸਰਾ ਉਸ ਪਾਠ ਦੇ ਵਿੱਚ ਪੀਤਮ ਰਮਦਾਸਪੁਰੀ, ਕਿਉਂਕਿ ਤੁਸੀਂ ਸਾਰੇ ਮਾਤਾ ਬੂਟਾ ਮੰਡੀ ਦੇ ਇੱਕ ਬਲੰਦਰ ਪਹਿਲੇ ਇੰਟਲੈਕਚੁਅਲ ਬੰਦੇ ਔਰ ਡੈਡੀਕੇਟਡ ਅੰਮ੍ਰਿਤ ਹੈ, ਉਹਨਾਂ ਦੀਆਂ ਕਵਿਤਾਵਾਂ ਹੈ, ਖਾਸ ਕਰ ਉਹ ਕਵਿਤਾਵਾਂ ਜਿਹੜੇ ਕਿ ਅੰਮ੍ਰਿਤਸਰ ਵਿੱਚ ਕਹਿੰਦੇ ਉਹ ਕਵਿਤਾ ਉਹਨਾਂ ਨੇ ਇੱਥੇ ਪੜ੍ਹੀ ਸੀਗੀ ਜਿਸ ਵੇਲੇ ਬਾਬਾ ਸਾਹਿਬ ਆਏ ਸੀ। ਇਸੇ ਤਰ੍ਹਾਂ ਗੁਰਦਾਸਾ ਮਾਲਮ ਨੇ ਜਿਹੜੀ ਕਵਿਤਾ ਇੱਥੇ ਪੜ੍ਹੀ ਸੀ ਜਦੋਂ ਬਾਬਾ ਸਾਹਿਬ ਅੰਮ੍ਰਿਤਸਰ ਆਏ ਸੀ, ਬੜਾ ਸ਼ੋਰ ਪੈਂਦਾ ਗਰੀਬਾਂ ਦੇ ਡੇਰੇ, ਅੱਜ ਕੌਣ ਆਇਆ ਸਵੇਰੇ ਸਵੇਰੇ, ਉਹ ਕਰਦਾ ਇਹਦੇ ਵਿੱਚ। ਤੀਸਰਾ ਸ਼ਰਦਾ ਸਿੰਘ ਤਾਲੂਕੋਂ, ਕੋਈ ਇੱਕ ਸਾਡੇ ਬਜ਼ੁਰਗ ਨੇਤਾ ਸੀ, ਉਹ ਕਵਿਤਾ ਲਿਖਦੇ ਸੀਗੇ ਕਿ ਚੰਦਾ ਚੱਕ ਬਗਾਵਤ ਦਾ ਤੂੰ ਬਾਗੀ ਹੋਣਾ ਦੱਸ ਗਿਆ, ਉਹ ਇਹਦੇ ਹਿੱਸਾ ਹੈ।
ਇੱਕ ਫੇਲ ਹੈ। ਦੇਖੋ ਮੋਟੀਵੇਸ਼ਨ ਹੁੰਦੀ, ਮੋਟੀਵੇਸ਼ਨ ਇੱਕ ਜੇਲ ਨੂੰ ਹੀ ਲੱਗਦੀ ਸੀਗੀ, ਉਹ ਰਿਸਰਚ ਕਰਦੀ ਸੀ ਤਾਂ ਮੇਰੇ ਬਲੋਗ ਪੜ੍ਹੇਗੀ ਚੰਦ ਅਸੀਂ ਤਾਰਿਕ ਦੇ ਗੁਰਦਾਸ ਮਾਧਵ ਦੇ, ਤਾਂ ਲੋਕ ਸਾਨੂੰ ਕਹਿੰਦੇ ਮੈਨੂੰ ਸਮਝਣ ਕੀਤਾ ਸਰ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ, ਮੈਂ ਤੁਹਾਡੇ ਬਲੋਗ ਪੜ੍ਹਦੀ ਹਾਂ ਅਤੇ ਤੁਸੀਂ ਇਹਨਾਂ ਗੱਲ ਲਿਖਿਆ ਤਾਂ ਮੇਰੇ ਰਿਸਰਚ ਕਰ ਰਹੇ ਹੋ ਤੁਸੀਂ, ਉਹ ਆ ਗਏ ਰਿਸਰਚ ਪੂਰੀ ਹੋ ਗਈ। ਤਾਂ ਉਹਨੇ ਕਵਿਤਾ ਲਿਖੀ ਹੈ ਜਿਹੜੇ ਇੱਕ ਗੁਰਦਾਸ ਮਾਧਵ ਦੀ ਕਵਿਤਾ ਆ ਗੁਰ ਦਾ ਇਲਾਜ, ਉਹਨੇ ਅੰਗਰੇਜ਼ੀ 'ਚ ਟ੍ਰਾਂਸਲੇਸ਼ਨ ਕੀਤੀ, ਉਹ ਅੰਗਰੇਜ਼ੀ 'ਚ ਆਰਟੀਕਲ ਲਿਖਿਆ ਉਹ ਇਹਦੇ 'ਚ ਵੀ ਬੋਲਿਆ। ਅਤੇ ਬਾਬਾ ਸਾਹਿਬ ਅੰਬੇਦਕਰ ਨੇ ਜੋ ਉੱਤਰਮੰਡੀ ਸਪੀਚ ਦਿੱਤੀ ਸੀ 1950 'ਚ ਉੱਤਰਮੰਡੀ, ਉਹ ਇਹਦਾ ਹਿੱਸਾ ਇਸ ਇਸ ਪਾਠ ਦਾ। ਬਹੁਤ ਬਹੁਤ ਸ਼ੁਕਰੀਆ ਅੰਬੈਸਡਰ ਰਮੇਸ਼ ਚੰਦਰ ਜੀ, ਜਿਨ੍ਹਾਂ ਨੇ ਕਿਤਾਬ ਜੋ ਉਹਨਾਂ ਨੇ ਲਿਖੀ ਹੈ ਉਹਦੇ ਬਾਰੇ ਸੰਖੇਪ ਵਿੱਚ ਸਾਰਾ ਕੁਛ ਦੱਸਿਆ। ਤਾਂ ਹੁਣ ਮੈਂ ਬੇਨਤੀ ਕਰਾਂ ਪ੍ਰੋਫੈਸਰ ਗਿਆਨ ਚੰਦਰ ਕੌਲ ਜੀ, ਅੱਜ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿ ਬੂਟਾ ਮੰਡੀ ਜਿਹਨਾਂ ਜਿਸ ਨੂੰ ਮੈਂ ਪੰਜਾਬ ਦੇ ਦਲਿਤਾਂ ਦੀ ਆਰਥਿਕ ਰਾਜਧਾਨੀ ਮੰਨਦਾ ਹਾਂ, ਇਕਨੋਮਿਕ ਕੈਪੀਟਲ, ਅੱਜ ਉਸਦੇ ਸਵਰਨ ਦੇ ਵਿੱਚ 100 ਸਾਲ ਪੂਰੇ ਹੋਣ ਤੋਂ ਬਾਅਦ ਬੜੀ ਮਿਹਨਤ ਦੇ ਨਾਲ ਇਹ ਤਿਆਰ ਕੀਤੀ ਹੋਈ ਜਿਹੜੀ ਪੁਸਤਕ ਹੈ ਸ਼੍ਰੀ ਰਮੇਸ਼ ਚੰਦਰ ਜੀ ਵੱਲੋਂ ਬੜੀ ਮਿਹਨਤ ਕੀਤੀ ਗਈ ਹੈ, ਉਹ ਅੱਜ ਲੋਕ ਅਰਪਣ ਕੀਤੀ ਜਾ ਰਹੀ ਹੈ। ਇਸ ਦੇ ਲਈ ਮੈਂ ਅੰਬੈਸਡਰ ਸਾਹਿਬ ਨੂੰ ਅਤੇ ਵਿਸ਼ੇਸ਼ ਕਰਕੇ ਬੂਟਾ ਮੰਡੀ ਦੇ ਸਾਰੇ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ। ਇੱਕ ਨਵੀਂ ਸਪਿਰਿਟ ਜਿਹੜੀ ਸ਼ੁਰੂ ਕੀਤੀ ਗਈ ਹੈ, ਨਵੀਂ ਰਵਾਇਤ। ਦੋ ਇਤਿਹਾਸ ਤਾਂ ਆਮ ਤੌਰ 'ਤੇ ਬਹੁਤ ਸਾਰੇ ਹਿਸਟੋਰੀਕਲ ਜਿਹੜੇ ਪਲੇਸਿਸ ਹਨ ਸਾਡੇ ਉਹਨਾਂ ਬਾਰੇ ਲਿਖਿਆ ਹੋਇਆ ਮਿਲਦਾ ਹੈ, ਪਰ ਸਾਡੇ ਆਪਣੇ ਸਮਾਜ ਦੇ ਨਾਲ ਸੰਬੰਧਿਤ ਬੂਟਾ ਮੰਡੀ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਬਹੁਤ ਛੋਟੀ ਉਮਰ ਦੇ ਵਿੱਚ ਜਦੋਂ ਮੈਂ ਕਾਲਜ ਵਿੱਚ ਨਵਾਂ ਆਇਆ ਅਤੇ 1970 ਦੇ ਵਿੱਚ ਇੱਥੋਂ ਮਾਡਲ ਟਾਊਨ ਤੋਂ ਇੰਗਲੈਂਡ ਵਾਲੇ ਨੇ ਰਵਿਦਾਸ ਪੱਤਰਿਕਾ ਪੇਪਰ ਸ਼ੁਰੂ ਕੀਤਾ ਸੀ, ਅਤੇ ਉਸ 'ਤੇ ਮੈਨੂੰ ਲਿਖਣ ਦਾ ਸ਼ੌਕ ਸੀ ਸ਼ੁਰੂ ਤੋਂ, ਉਹਦੇ ਵਿੱਚ ਲਿਖਣਾ ਸ਼ੁਰੂ ਕੀਤਾ। ਫਿਰ ਹੌਲੀ ਹੌਲੀ ਬਹੁਤ ਸਾਰੀਆਂ ਜਿਹੜੀਆਂ ਮੌਜੂਦ ਸ਼ਖਸੀਅਤਾਂ ਸਨ ਸਮਾਜ ਦੀਆਂ, ਉਹਨਾਂ ਬਾਰੇ ਚਰਚਾ ਤਾਂ ਸੁਣਦੇ ਹੁੰਦੇ ਸਨ, ਪਰ ਫਿਰ ਉਹਨਾਂ ਦੇ ਨਾਲ ਕਈ ਵਾਰੀ ਮੇਲ ਮਿਲਾਪ ਵੀ ਹੋਇਆ। ਅਤੇ ਉਸ ਦੇ ਵਿੱਚ ਆ ਧਰਮ ਜਿਹੜੀ ਮੂਵਮੈਂਟ ਦੇ ਆਪਾਂ ਨੂੰ ਪਤਾ, ਜਿਹਦੇ ਕਰਕੇ ਆਪਾਂ ਪੰਜਾਬ ਦੇ ਵਿਸ਼ੇਸ਼ ਕਰਕੇ ਦੁਆਬੇ ਦੇ ਲੋਕ ਆਪਣੇ ਆਪ ਨੂੰ ਆਦਿ ਧਰਮੀ ਲਗਾਉਂਦੇ ਹਨ ਜਦੋਂ ਆਪਾਂ ਆਪਣੀ ਸਭ ਕਾਸਟ ਲਗਵਾਉਂਦੇ ਹਾਂ। ਅਤੇ ਉਸ ਦੇ ਜਿਹੜੇ ਬਾਨੀ ਸਨ ਫਾਊਂਡਰ ਆਹ ਧਰਮ ਮੰਡਲ ਦੇ, ਬਾਬੂ ਮੰਗੂ ਰਾਮ ਭੁਗੋਵਾਲ ਤੋਂ ਹੁਸ਼ਿਆਰਪੁਰ ਦੇ ਵਿੱਚ ਹੈ, ਹੁਣ ਤਾਂ ਬੜੀ ਚਰਚਾ ਹੈ ਉਹਨਾਂ ਦੀ ਅਤੇ ਉਹਨਾਂ ਦੀ ਮਤਲਬ ਮੂਵਮੈਂਟ ਦੀ। ਅਤੇ ਮੈਨੂੰ ਜਦੋਂ ਯਾਦ ਆਉਂਦਾ ਮੇਰਾ ਉਹਨਾਂ ਦੇ ਨਾਲ ਪਹਿਲਾਂ ਮਿਲਾਪ ਹੋਇਆ ਅਕਤੂਬਰ 1970 ਵਿੱਚ, ਮੇਰੇ ਲਈ ਬਹੁਤ ਹੈਰਾਨੀ ਵਾਲੀ ਗੱਲ ਸੀ ਇਹ, ਕਿਉਂਕਿ ਘਰ ਦੇ ਜ਼ਿਕਰ ਤਾਂ ਹੁੰਦਾ ਸੀ, ਮੇਰਾ ਪਰਿਵਾਰ ਪੜ੍ਹਿਆ ਲਿਖਿਆ ਸੀ। 1948 ਦੇ ਵਿੱਚ ਮੇਰੇ ਬ੍ਰਦਰ ਨੇ ਇੱਥੇ ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਨਾਈਟ ਸਟੇ ਕੀਤਾ ਸੀ ਉੱਥੇ, 1948 'ਚ ਉਹਨਾਂ ਨੇ ਮੁਕਤਸਰ ਜੁਆਇਨ ਕੀਤਾ ਹੈ PWD ਦੇ ਵਿੱਚ, ਅਤੇ ਬਾਅਦ ਟ੍ਰਾਂਸਫਰ ਹੋਈ ਜਦੋਂ ਬਾਬਾ ਸਾਹਿਬ ਇੱਥੇ ਆਏ ਹਨ। ਉਹ ਬੜੇ ਫਖਰ ਨਾਲ ਦੱਸ ਦਿੰਦੇ ਸਨ ਕਿ ਅਸੀਂ ਬਾਬਾ ਸਾਹਿਬ ਦਾ ਜਿਹੜਾ ਕਮਰਾ ਬੁੱਕ ਕਰਨਾ ਸੀ PWD ਰੈਸਟ ਹਾਊਸ ਜਿਹੜਾ ਉਹ ਅਸੀਂ ਕੀਤਾ ਸੀ। ਅਤੇ ਗੱਲਾਂ ਤਾਂ ਹੁੰਦੀਆਂ ਸਨ, ਪਰ ਬਾਬੂ ਮੰਗੂ ਰਾਮ ਜਿਉਂਦੇ ਹਨ ਜਾਂ ਚੜ੍ਹਾਈ ਕਰ ਗਏ ਇਹਦੇ ਬਾਰੇ ਪਤਾ ਨਹੀਂ ਸੀਗਾ। ਅਤੇ ਮੇਰੇ ਲਈ ਇੰਨੀ ਹੈਰਾਨੀ ਹੋਈ ਜਦੋਂ ਮੈਂ ਉਹਨੂੰ ਦੇਖਿਆ ਅਕਤੂਬਰ 1970 ਦੇ ਵਿੱਚ। ਅਤੇ ਉਸ ਤੋਂ ਬਾਅਦ ਇੱਕ ਇਤਿਹਾਸਿਕ ਕਾਨਫਰੰਸ ਹੁੰਦੀ ਹੈ ਡੇਰਾ ਬੱਲਾ ਵਿਖੇ 13 ਦਸੰਬਰ 1970 ਨੂੰ। ਮੈਂ ਹੁਣ ਵੀ ਸੋਚਦਾ
ਮੈਂ ਉਹਦੇ ਵਿੱਚ ਐਜ ਏ ਸਟੂਡੈਂਟ ਰਾਈਟਰ ਵੀ ਮੈਂ ਕਿਉਂਕਿ ਰਵਿਦਾਸ ਪੱਤਰ ਨੂੰ ਮੈਂ ਐਡਿਟ ਵੀ ਕੀਤਾ, ਲੰਬਾ ਅਰਸਾ ਐਡਿਟ ਕੀਤਾ ਮੈਂ, ਅਤੇ ਉਹ ਜਿਹੜੀ ਇਤਿਹਾਸਿਕ ਕਾਨਫਰੰਸ ਸੀ ਉਹਦੇ ਵਿੱਚ ਮੋਗਾ ਮੰਡੀ ਦੇ ਬਹੁਤ ਸਾਰੇ ਸੇਠ ਵੱਡੇ ਲੋਕ ਜਿਹੜੇ ਸਨ ਉਹ ਸ਼ਾਮਿਲ ਸਨ, ਅਤੇ ਸੇਠ ਖੁਸ਼ੀ ਰਾਮ ਵੀ ਉਸੇ ਦੇ ਸਨ, ਬੜੇ ਐਕਟਿਵ ਸਨ, ਮਿਊਜ਼ਿਕ ਕਮੇਟੀ ਦੇ ਵੀ ਉਹ ਐਮ ਸੀ ਵੀ ਸਨ, ਵਾਈਸ ਪ੍ਰੈਜੀਡੈਂਟ ਵੀ ਰਹੇ ਉਹ, ਅਤੇ ਉਹ ਵੀ ਸ਼ਾਮਿਲ ਸਨ। ਅਤੇ ਉਹਦੇ 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 ਬਾਰੇ ਮੈਂ ਜ਼ਿਆਦਾ ਨਹੀਂ ਦੱਸਣਾ, ਸਿਰਫ ਇੱਕ ਪਤਨੀ ਝਾਤ ਦੀ ਪਾਉਣੀ ਆ। ਉਹਦੇ ਵਿੱਚ ਫੈਸਲਾ ਇਹ ਹੋਇਆ ਸੀ ਬਾਬੂ ਬੰਦੂ ਰਾਮ ਹੁਕੋ ਵਾਲੀ, ਜਿਨ੍ਹਾਂ ਨੇ ਆਪਾਂ ਨੂੰ ਪਤਾ ਸਾਰਿਆਂ ਨੂੰ ਇੱਕ ਧਰਮ ਰਜਿਸਟਰਡ ਹੋ ਗਿਆ ਸੀ 1930 ਦੇ ਵਿੱਚ, ਆਪ ਧਰਮ ਵੱਖਰਾ ਖਾਨਾ, ਜਦੋਂ ਆਪਣੀ ਮਰਦਮਸ਼ੁਮਾਰੀ ਹੋਈ ਹੈ ਉਸ ਦਿਨ ਸਿਰਫ ਹੋਈ ਨਾ, ਅਤੇ ਉਹਦੇ ਵਿੱਚ ਆਪ ਧਰਮ ਇੱਕ ਵੱਖਰਾ ਖਾਨਾ ਅੰਗਰੇਜ਼ਾਂ ਨੇ ਉਹ ਰਜਿਸਟਰ ਕਰਤਾ ਸੀ। ਅਤੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਅੰਬੈਸਰ ਸਾਹਿਬ ਨੇ ਬੁੱਕ ਲਿਖ ਕੇ ਇੱਕ ਤਰ੍ਹਾਂ ਜਿਹੜਾ ਸਾਡਾ ਨਰਮ ਸਿਸਟਮ ਹੈ ਅਤੇ ਸੈਂਟਰ ਹੈ ਨਾ ਇੱਕ ਤਰ੍ਹਾਂ ਦਾ, ਸਾਡੇ ਦਲਿਤ ਹਰ ਪੱਖ ਤੋਂ ਬਹੁ ਪੱਖੀ ਜਿਹੜਾ ਵਿਕਾਸ ਹੋਇਆ ਹੈ ਸਾਡੇ, ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਉਹ ਬੂਟਾ ਮੰਡੀ ਦਾ ਰਿਹਾ ਹੈ। ਅਤੇ ਚਾਹੇ ਇਲੈਕਸ਼ਨ ਦੇ ਖੇਤਰ ਵਿੱਚ, ਚਾਹੇ ਵਿੱਦਿਅਕ ਖੇਤਰ ਦੇ ਵਿੱਚ, ਚਾਹੇ ਧਾਰਮਿਕ ਖੇਤਰ ਦੇ ਵਿੱਚ, ਚਾਹੇ ਰਾਜਨੀਤਿਕ ਖੇਤਰ ਵੀ, ਆਪਾਂ ਰਾਜਨੀਤਿਕ ਦੀਆਂ ਗੱਲਾਂ ਕਰ ਹੀ ਰਹੇ ਹਾਂ, ਇਹ ਵੀ ਜਿਹੜਾ ਆ ਜਿਹੜਾ ਅੰਬੇਦਕਰ ਭਵਨ ਜਿਹੜਾ ਜਗ੍ਹਾ ਇਹਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਰਿਹਾ, ਸ਼੍ਰੀ ਲਾਹੌਰੀ ਅੰਬਾਨੀ ਜੀ ਦੀ ਅਗਵਾਈ ਹੇਠ ਇਹ ਜਗ੍ਹਾ ਜਿਹੜੀ ਪਰਚੇਸ ਕੀਤੀ ਗਈ, ਸੇਠ ਕਰਮਚੰਦ ਪਾਠਾਂ ਤੋਂ ਸਨ, ਸਰਪੰਚ ਵੀ ਸਨ, ਇੱਥੇ ਵੀ ਆੜਤ ਦਾ ਕੰਮ ਕਰਦੇ ਸਨ ਬੂਟਾ ਮੰਡੀ, ਅਤੇ ਉਹਨਾਂ ਸਾਰੇ ਸਾਥੀਆਂ ਦਾ ਸਹਿਯੋਗ ਸਨ ਕਿ ਅੱਜ ਇਹ ਜਿਹੜਾ ਕਿ ਇਤਿਹਾਸਿਕ ਸਥਾਨ ਜਿਹੜਾ ਬਣਿਆ ਹੈ ਬਾਬਾ ਸਾਹਿਬ ਦੀ ਯਾਦ ਦੇ ਨਾਲ ਜੁੜਿਆ ਹੈ, ਅੱਜ ਇਹ ਵੀ ਜਿਹੜਾ ਇਤਿਹਾਸਿਕ ਕੰਮ ਕੀਤਾ ਬੂਟਾ ਮੰਡੀ ਦਾ, ਸ਼ਤਾਬਦੀ ਬਣੇ ਵੱਡੇ ਏਕਤਾ, ਅੱਜ ਤੁਸੀਂ ਉਸ ਨੂੰ ਇੱਥੇ ਰਿਲੀਜ਼ ਕਰ ਰਹੇ ਹੋ, ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਮੈਂ ਬੂਟਾ ਮੰਡੀ ਬਾਰੇ ਬਹੁਤ ਕੁਛ ਕਿਹਾ ਜਾ ਸਕਦਾ, ਬਹੁਤ ਕੁਛ ਮੈਂ ਮਤਲਬ ਘੰਟਾ ਡੇਢ ਘੰਟਾ ਗੱਲਬਾਤ ਕਰ ਸਕਦਾ, ਇੰਨਾ ਵੱਡਾ ਰੋਲ ਰਿਹਾ ਹੈ ਬੂਟਾ ਮੰਡੀ ਦਾ, ਅਤੇ ਪਰ ਕਿਉਂਕਿ ਸਮੇਂ ਨੂੰ ਸਾਹਮਣੇ ਰੱਖਦੇ ਹੋਏ ਮੈਂ ਆਪਣੇ ਵਿਚਾਰ ਇੱਥੇ ਸਮਾਪਤ ਕਰਦਾ। ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਅੰਬੇਦਕਰ ਭਵਨ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਆਪਣੇ ਉੱਥੇ ਸ਼੍ਰੀ ਗੁਰੂ ਰਵਿਦਾਸ ਧਾਮ ਵਿੱਚ ਵੀ ਹੋ ਸਕਦੀ ਸੀ ਰਿਲੀਜ਼ ਬੁੱਕ, ਪਰ ਤੁਸੀਂ ਅੰਬੇਦਕਰ ਭਵਨ ਨੂੰ ਚੁਣਿਆ, ਇਹ ਬੁੱਕ ਰਿਲੀਜ਼ ਕਰ ਲਈ, ਇੱਕ ਇਤਿਹਾਸਿਕ ਕੰਮ ਹੈ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਹੋਗਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਜੈ ਭੀਮ, ਜੈ ਗੁਰੂ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਗਿਆਨ ਚੰਦਰ ਕੌਲ ਜੀ, ਅਤੇ ਹੁਣ ਮੈਂ ਬੇਨਤੀ ਕਰਾਂ ਮੈਡਮ ਬਬੀਤਾ ਕਲੇਰ ਜੀ IAS ਕਿ ਉਹ ਮੰਚ 'ਤੇ ਆਉਣ, ਮਾਈਕ 'ਤੇ, ਅਤੇ ਅੱਜ ਦੇ ਇਸ ਫੰਕਸ਼ਨ ਨੂੰ ਸੰਬੋਧਨ ਕਰਨ। ਤੁਸੀਂ ਸਾਰੇ ਮੇਰੇ ਬੂਟਾ ਮੰਡੀ ਦਾ ਮੇਰੇ ਸਾਰੇ ਪਰਿਵਾਰ ਹੋ, ਮੈਂ ਤਾਂ 26 ਸਾਲਾਂ ਤੋਂ ਇੱਥੇ ਆਈ ਹਾਂ, ਅਤੇ ਤੁਸੀਂ ਸਾਰੇ ਇਸ ਬੂਟਾ ਮੰਡੀ ਬਾਰੇ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਆਦਿ ਧਰਮ ਮੂਵਮੈਂਟ ਬਾਰੇ ਜ਼ਿਆਦਾ ਜਾਣਦੇ ਹੋ। ਕਦੀ ਕਦੀ ਮੈਨੂੰ ਹੈਰਾਨੀ ਹੁੰਦੀ ਸੀ ਜਦੋਂ ਰਮੇਸ਼ ਚੰਦਰ ਜੀ ਜਿਹੜੇ ਨੇ ਇਹਨਾਂ ਨੂੰ ਮੈਂ ਫੋਨ ਦੇ ਉੱਤੇ ਹੀ ਜ਼ਿਆਦਾ ਕੰਟੈਕਟ ਦੇ ਵਿੱਚ ਰਹੀ ਹਾਂ, ਅਤੇ ਬੇਬੀ ਕੋਈ ਫਿਰ ਵੀ ਮੈਨੂੰ ਇੰਨਾ ਕਦੀ ਲੱਗਿਆ ਨਹੀਂ ਕਿ ਮੈਂ ਇਹਨਾਂ ਨੂੰ ਨਹੀਂ ਜਾਣਦੀ। ਇੱਕ ਜਿਹੜੀ ਆਪਸ ਦੇ ਵਿੱਚ ਇੱਕ ਕੋਈ ਵੇਵ ਹੁੰਦੀਆਂ ਨੇ ਨਾ, ਮੈਨੂੰ ਹਮੇਸ਼ਾ ਹੀ ਪੋਜ਼ੀਟਿਵ ਵੇਵ ਕਹਿ ਲਓ ਜਾਂ ਆਪਣਾਪਨ ਜਿਹੜਾ ਹੈ ਫੋਨ ਦੇ ਉੱਤੇ ਮੈਸੇਜਿਸ ਦੇ ਨਾਲ ਹੀ ਮਹਿਸੂਸ ਹੁੰਦਾ ਰਿਹਾ, ਅਤੇ ਕਦੇ ਕਦੇ ਮੈਨੂੰ ਇਹ ਵੀ ਹੈਰਾਨੀ ਹੁੰਦੀ ਸੀ ਇਹਨਾਂ ਨੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਕੰਮ ਕੀਤਾ, ਬਹੁਤ ਹੀ ਟੈਕਨੀਕਲ, ਬਹੁਤ ਹੀ ਜਿਹੜੇ ਕ੍ਰਿਟੀਕਲ ਮਸਲਿਆਂ ਨੂੰ ਵੀ ਦੇਖਿਆ ਹੋਊਗਾ। ਮੈਂ ਸੋਚਦੀ ਸੀ ਕਿ ਇਹ ਬੂਟਾ ਮੰਡੀ ਦੇ ਵਿੱਚ ਹੀ ਕਿਉਂ ਆ ਕੇ ਸੈੱਟ ਹੋ ਗਏ ਨੇ ਵਾਪਸ, ਇਹ ਚਾਹੁੰਦੇ ਤਾਂ ਦਿੱਲੀ 'ਚ ਵੀ ਰਹਿ ਸਕਦੇ ਸੀ ਜਾਂ ਚੰਡੀਗੜ੍ਹ ਜਾਂ ਬਹੁਤੇ ਸਾਡੇ ਨਾਲ ਦੇ ਅਫਸਰ ਜਿਹੜੇ ਰਿਟਾਇਰ ਹੁੰਦੇ ਨੇ ਉਹ ਵੱਡੇ ਸ਼ਹਿਰਾਂ 'ਚ ਜਾਂ ਜਲੰਧਰ ਦੇ ਵਿੱਚ ਹੀ ਕਿਤੇ ਹੋਰ ਅੱਛੇ ਪੌਸ਼ ਏਰੀਏ ਦੇ ਵਿੱਚ ਜਾ ਕੇ ਸੈੱਟ ਹੋਣਾ ਪਸੰਦ ਕਰਦੇ, ਅਤੇ ਫਿਰ ਮੈਨੂੰ ਮਹਿਸੂਸ ਹੋਇਆ ਕਿ ਨਹੀਂ ਇਹਨਾਂ ਨੂੰ ਵਾਕਿਆ ਹੀ ਆਪਣੀ ਧਰਤੀ ਦੇ ਨਾਲ, ਆਪਣੀ ਜਨਮ ਭੂਮੀ ਦੇ ਨਾਲ ਬਹੁਤ ਅਟੈਚਮੈਂਟ ਹੈ।
ਜਿਹੜਾ ਕਿ ਇਹਨਾਂ ਨੇ ਮੈਂ ਬਲੌਗ ਪੜ੍ਹਦੀ ਉਹਨਾਂ ਤੋਂ ਵੀ ਨਜ਼ਰ ਆਉਂਦੀ ਹੈ, ਕਿਤਾਬ ਲਿਖੀ ਹੈ ਉਹਨੂੰ ਹੁਣ ਮੈਂ ਪੜ੍ਹਾਂ ਕਿਤੇ ਆਈ ਵਿਲ ਸਟਨਲੀ ਚੰਗੀ ਤਰ੍ਹਾਂ ਨੌਲੇਜ ਹੋਊਗੀ ਮੈਨੂੰ ਬੂਟਾ ਮੰਡੀ ਦੀ। ਅਸੀਂ ਚਾਹੇ ਉਸ ਮੂਵਮੈਂਟ ਦੇ ਵਿੱਚ ਜਿਹੜੀ ਸਾਡੀ ਪੀੜ੍ਹੀ ਉਹਨਾਂ ਯੋਗਦਾਨ ਨਹੀਂ ਵੀ ਦਿੱਤਾ, ਸਾਡੀ ਹੁਣ ਵੀ ਉਨੀ ਕੰਟਰੀਬਿਊਸ਼ਨ ਨਹੀਂ ਹੈਗੀ, ਮੈਂ ਸਮਝਦੀ ਹਾਂ, ਮੈਂ ਫੀਲ ਕਰਦੀ ਹਾਂ ਇਸ ਚੀਜ਼ ਨੂੰ। ਹਾਲਾਂਕਿ ਮੈਂ ਮੇਰੇ ਫਾਦਰ ਠੀਕ ਜੋਬ ਵਿੱਚ ਸੀਗੇ, ਫਿਰ ਵੀ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਸਕੂਲਾਂ ਦੇ ਵਿੱਚ ਇੱਕ ਫੋਰਮ ਹੁੰਦਾ ਹੈਗਾ ਨਾ ਐਸ ਸੀ ਸਰਟੀਫਿਕੇਟ ਭਰਨ ਵਾਲਾ, ਉਹਨੂੰ ਭਰਦੇ ਸੀਗੇ ਅਤੇ ਬੜੀ ਹੁੰਦਾ ਸੀਗਾ ਕਿ ਮੇਰੇ ਨਾਲ ਵਾਲੇ ਬੰਦੇ ਨੂੰ ਨਾ ਪਤਾ ਲੱਗ ਜਾਏ, ਮੇਰੀ ਫਰੈਂਡ ਨੂੰ ਨਾ ਪਤਾ ਲੱਗ ਜਾਏ ਕਿ ਮੈਂ ਐਸ ਸੀ ਕਮਿਊਨਿਟੀ ਨੂੰ ਬਿਲੋਂਗ ਕਰ ਦਿੰਦੀ, ਅਤੇ ਬੜਾ ਛੁਪ ਛੁਪ ਕੇ ਭਰਦੇ ਹੁੰਦੇ। ਜਦੋਂ ਫਿਰ ਮੈਂ ਵਿਆਹ ਹੋ ਕੇ ਬੂਟਾ ਮੰਡੀ ਦੇ ਵਿੱਚ ਆਈ ਅਤੇ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਦੇ ਜਿਹੜੇ ਬਛਿੰਦੇ ਆ ਉਹਨਾਂ ਨੂੰ ਇਸ ਚੀਜ਼ ਵਾਸਤੇ ਕਦੇ ਵੀ ਕੋਈ ਸ਼ਰਮਿੰਦਗੀ ਨਹੀਂ ਹੈਗੀ, ਬੜੇ ਮਾਣ ਦੇ ਨਾਲ ਹੀ ਉਹ ਜਾ ਕੇ ਦੱਸਦੇ ਆ ਹਰ ਜਗ੍ਹਾ ਅਤੇ ਬਿਲਕੁਲ ਤੁਸੀਂ ਜਿਹੜੇ ਸਟਾਰਟਿੰਗ ਦੇ ਵਿੱਚ ਕਹਿ ਰਹੇ ਸੀ ਕਿ ਥੋੜ੍ਹੇ ਲੋਕ ਆਏ ਹੈਗੇ ਨੇ ਅਤੇ ਉਹਨਾਂ ਦਾ ਨੁਕਸਾਨ ਹੋ ਸਕਦਾ ਸਾਡਾ ਵੀ, ਇਹ ਸਾਹਮਣੇ ਲਿਖਿਆ ਹੋਇਆ ਕਿ ਡਿਊਟੀ ਮਸਟ ਬੀ ਪਰਫੋਰਮ ਵੀ ਗੀਤਾ ਦੇ ਵਿੱਚ ਲਿਖਿਆ, ਜਾਂ ਫਿਰ ਤੁਸੀਂ ਉਹਦੇ ਕਹਾਵਤ ਸੁਣੀ ਹੈ ਕਿ ਅਕੇਲਾ ਚਲਾ ਥਾ ਕਾਰਵਾ ਬੰਦਾ ਗਿਆ, ਸੋ ਕਾਰਵਾ ਵੀ ਬੰਦਾ ਜਾਂਦਾ। ਪਰ ਅੱਜ ਦੇ ਦਿਨ ਦੇ ਵਿੱਚ ਮੈਨੂੰ ਇਹ ਜ਼ਰੂਰ ਮਹਿਸੂਸ ਹੁੰਦਾ ਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਗੱਲ ਕਰਦੇ ਹਾਂ ਸਾਰੇ ਜਣੇ, ਇਹ ਤੁਹਾਡੇ ਵਰਗੀ ਤੁਹਾਡੀ ਪੀੜ੍ਹੀ ਹੈ ਜਿਹੜੀ ਉਹਨਾਂ ਦੀ ਸੋਚ ਨੂੰ ਹਾਲੇ ਅੱਗੇ ਲੈ ਕੇ ਜਾ ਪਾ ਰਹੀ ਹੈ, ਤੁਹਾਡੇ ਥਰੂ ਹੀ ਅਸੀਂ ਸਾਰੇ ਜਾਣ ਪਾ ਰਹੇ ਹਾਂ ਜਾਂ ਥੋੜ੍ਹਾ ਜਿਹਾ ਉਹਨਾਂ ਨੂੰ ਸਮਝਦੇ ਹੈ, ਉਹਨਾਂ ਦੇ ਪਦਚਿੰਨ੍ਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਬੀਇੰਗ ਇਨ ਸਰਵਿਸ ਜਾਂ ਹੁਣ ਦੀ ਸੋਚ ਜਿਹੜੀ ਹੈਗੀ ਸਾਡੇ ਔਫਿਸਰਸ ਦੀ ਵੀ ਜਾਂ ਸਾਡੀ ਵੀ ਜਾਂ ਸਾਡੇ ਬੱਚਿਆਂ ਦੇ ਵਿੱਚ, ਮੈਨੂੰ ਲੱਗਦਾ ਕਿ ਇਹਨੂੰ ਦੁਬਾਰਾ ਵੀ ਜਾਗਰਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਬਾਬਾ ਸਾਹਿਬ ਨੇ ਮੂਵਮੈਂਟ ਸ਼ੁਰੂ ਕੀਤੀ ਸੀ ਉਦੋਂ ਸੀਗੀ ਸਾਰੀ ਸੁਸਾਇਟੀ ਅੱਗੇ ਵਧੇ, ਇਹ ਸਭ ਅਸੀਂ ਮਿਲ ਜੁਲ ਕੇ ਜੇ ਕੰਮ ਕਰੀਏ ਤੁਸੀਂ ਅਸੀਂ ਸਾਰੇ ਦੁਬਾਰਾ ਵੀ ਸੀਰੀਅਸਲੀ ਸਮਝੀਏ ਤਾਂ ਕੁਛ ਸੁਧਾਰ ਹੋਵੇਗਾ। ਇਸ ਦਿਨ ਨਹੀਂ ਸਾਨੂੰ ਆਪਣੀ ਹਿਸਟਰੀ ਯਾਦ ਰੱਖਣੀ ਚਾਹੀਦੀ ਹੈ, ਬਟ ਆਪਣੇ ਪ੍ਰੈਜੈਂਟ ਨੂੰ ਵੀ ਸਾਂਭਣ ਦੀ ਲੋੜ ਹੈ। ਪਰ ਜਿਹਦੇ ਤੱਕ ਸਾਨੂੰ ਉਹਨਾਂ ਨੇ ਪਹੁੰਚਾ ਦਿੱਤਾ ਹੈ ਉਸ ਚੀਜ਼ ਨੂੰ ਪਹੁੰਚਾਉਣ ਵਾਸਤੇ, ਉਸ ਚੀਜ਼ ਨੂੰ ਸਟੇਬਲ ਰੱਖਣ ਵਾਸਤੇ ਵੀ ਸਾਨੂੰ ਏਕਤਾ ਦੀ ਜ਼ਰੂਰਤ ਹੈ। ਸੋ ਥੈਂਕ ਯੂ ਵੈਰੀ ਮੱਚ ਜੀ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ, ਮੈਂ ਸਮਝਦੀ ਹਾਂ ਕਿ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਤੁਹਾਡੀ ਬੁੱਕ ਰਿਲੀਜ਼ ਕਰਨਾ, ਮੈਂ ਬਹੁਤ ਛੋਟੀ ਹਾਂ ਤੁਹਾਡੇ ਕੋਲ ਤੁਹਾਡੇ ਐਕਸਪੀਰੀਅੰਸ ਦੇ ਕੇ, ਸੋ ਥੈਂਕ ਯੂ ਵੈਰੀ ਮੱਚ ਮੈਨੂੰ ਇਹ ਮੌਕਾ ਦਿੱਤਾ, ਮੈਨੂੰ ਇਸ ਯੋਗ ਸਮਝਿਆ ਕਿ ਮੈਂ ਬੁੱਢਾ ਮੰਡੀ ਦਾ ਇੰਨਾ ਮਹਾਨ ਇਤਿਹਾਸ ਜਿਹੜਾ ਹੈਗਾ ਉਹਦੇ ਬਾਰੇ, ਚਾਹੇ ਕਿ ਮੈਂ ਬੁੱਢਾ ਮੰਡੀ ਦੀ ਹੈ ਵੀ ਨਹੀਂ ਆਊਟਸਾਈਡਰ ਨਹੀਂ ਹੈਗੀ ਹੁਣ ਤਾਂ ਤੁਹਾਡੀ ਹੈ, ਬਟ ਫਿਰ ਵੀ ਮੇਰਾ ਜਨਮ ਨਹੀਂ ਇੱਥੇ ਹੈ, ਥੈਂਕ ਯੂ ਵੈਰੀ ਮੱਚ। ਸੋ ਤੁਹਾਨੂੰ ਸਭ ਤੋਂ ਫਿਰ ਉਹੀ ਮੇਰੀ ਰਿਕੁਐਸਟ ਹੈ ਕਿ ਅਸੀਂ ਸਾਰੇ ਜਿਹੜੇ ਬੁੱਢਾ ਮੰਡੀ ਇੱਥੇ ਬੜੀ ਗੱਲ ਪਾਸੇ ਚੱਲੀਏ, ਆਪਣੀਆਂ ਜੜ੍ਹਾਂ ਦੇ ਨਾਲ ਜੋੜੇ ਸੀ, ਥੈਂਕ ਯੂ ਵੈਰੀ ਕੋਂਗਰੈਚੁਲੇਸ਼ਨ, ਥੈਂਕ ਯੂ। ਥੈਂਕ ਯੂ ਮੈਡਮ ਬਬੀਤਾ ਕਲੇਰ ਜੀ, ਅਤੇ ਹੁਣ ਨਾਲ ਦੀ ਨਾਲ ਮੈਂ ਬੇਨਤੀ ਕਰਾਂ ਮੈਡਮ ਅਨੁਪਮ ਕਲੇਰ ਜੀ ਕਮਿਸ਼ਨਰ ਆਫ ਮਿਊਨਸੀਪਲ ਕਾਰਪੋਰੇਸ਼ਨ ਕਪੂਰਥਲਾ ਐਂਡ ਫਗਵਾੜਾ ਕਿ ਉਹ ਕਿਰਪਿਆ ਮੰਚ 'ਤੇ ਆਉਣ ਅਤੇ ਅੱਜ ਪਿਛਲੇ ਫੰਕਸ਼ਨ ਦਾ ਸੰਬੋਧਨ। ਬੂਟਾ ਮੰਡੀ ਜਿਹੜੀ ਹੈਗੀ ਸਾਡੀ ਕਮਿਊਨਿਟੀ ਦਾ ਸੈਂਟਰ ਹੈ, ਐਂਡ ਥਰੂ ਆਊਟ ਦਾ ਵਰਲਡ ਜਦੋਂ ਵੀ ਕੋਈ ਕ੍ਰਾਈਸਿਸ ਆਉਂਦਾ ਹੈ ਸਾਡੀ ਕਮਿਊਨਿਟੀ ਦੇ ਆਲਵੇਜ਼ ਲੁੱਕ ਫੋਰਵਰਡ ਟੂ ਬੂਟਾ ਮੰਡੀ, ਇੱਥੇ ਦੀ ਲੀਡਰਸ਼ਿਪ ਵੀ ਇਸ ਕ੍ਰਾਈਸਿਸ ਨੂੰ ਇਸ ਚੀਜ਼ ਨੂੰ ਕਿਵੇਂ ਟੈਕਲ ਕੀਤਾ ਜਾਂਦਾ ਹੈ, ਐਂਡ ਵੀ ਫੀਲ ਰੀਲੀ ਪ੍ਰਾਊਡ ਆਫ ਬੂਟਾ ਮੰਡੀ ਔਰ ਬੂਟਾ ਮੰਡੀ ਦੇ ਜਿੰਨੇ ਡਿਗਨੇਟਰੀ ਸਾਡੇ ਸਾਹਮਣੇ ਬੈਠੇ ਔਰ ਸਟੇਜ 'ਤੇ ਜਿਹੜੇ ਵਿਰਾਜਮਾਨ ਹਨ,
ਮੈਂ ਬਹੁਤ ਖੁਸ਼ੀ ਦੇ ਨਾਲ ਅੱਜ ਇੱਥੇ ਫੰਕਸ਼ਨ ਦੇ ਵਿੱਚ ਆਈ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਮਿਲਾਂਗੀ ਔਰ ਮੈਂ ਉਮੀਦ ਕਰਦੀ ਹਾਂ ਕਿ ਆਪਾਂ ਸਾਰੇ ਅੱਗੇ ਵੱਧ ਕੇ ਆਪਣੀ ਕਮਿਊਨਿਟੀ ਦੀ, ਆਪਣੀ ਬੂਟਾ ਮੰਡੀ ਦੀ ਸ਼ਾਨ ਵਧਾਈਏ ਔਰ ਇੱਕ ਦੂਜੇ ਦੀ ਹੈਲਪ ਕਰੀਏ। ਕਿਸੇ ਨੂੰ ਵੀ ਕੋਈ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਡਿਸਕਸ਼ਨ ਦਾ ਮੈਟਰ ਹੈ, ਕੋਈ ਲਾਅ ਬਾਰੇ ਪੁੱਛਣਾ ਹੈ, ਤਾਂ ਦੇ ਐਜ ਐਡਮਿਨਿਸਟ੍ਰੇਟਰ ਆਈ ਐਮ ਪ੍ਰੈਜੈਂਟ ਦੇਅਰ, ਯੂ ਕੈਨ ਕਾਲ ਮੀ, ਤੁਸੀਂ ਮੈਨੂੰ ਕੋਂਟੈਕਟ ਕਦੀ ਵੀ ਕਰ ਸਕਦੇ ਹਾਂ, ਅਸੀਂ ਬੈਠ ਕੇ ਆਪਣੀ ਸਮੱਸਿਆਵਾਂ ਵੀ ਸੁਲਝਾ ਸਕਦੇ ਹਾਂ। ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਥੈਂਕ ਯੂ ਕਰਦੀ ਹਾਂ ਕਿ ਇਟਸ ਬੀਂਗ ਐਨ ਆਨਰ ਫੋਰ ਮੀ ਟੂ ਬੀ ਪ੍ਰੈਜੈਂਟ ਹੇਅਰ ਔਨ ਦਿਸ ਆਸਪੀਸ਼ੀਅਸ ਓਕੇਜ਼ਨ, ਜਦੋਂ ਕਿ ਬੁੱਕ ਲਾਂਚ ਹੋਈ ਹੈ ਉਹ ਵੀ ਸਾਡੀ ਬੂਟਾ ਮੰਡੀ ਬਾਰੇ। ਸੋ ਆਈ ਫੀਲ ਰੀਅਲੀ ਪ੍ਰਾਊਡ ਐਂਡ ਆਈ ਫੀਲ ਗ੍ਰੇਟ ਟੂਡੇ ਬੀਂਗ ਹੇਅਰ ਅਮੰਗ ਦਿਸ ਔਗਸਟ ਪ੍ਰੈਜੈਂਸ। ਥੈਂਕ ਯੂ ਵੈਰੀ ਮੱਚ ਸਰ, ਐਂਡ ਆਈ ਰੀਅਲੀ ਐਪਰੀਸ਼ੀਏਟ ਹਿਜ਼ ਐਫਰਟਸ, ਜਿਹੜੇ ਕਿ ਇਹ ਪੂਰਾ ਦੇਸ਼ ਵਿਦੇਸ਼ ਘੁੰਮਣ ਤੋਂ ਬਾਅਦ ਬੂਟਾ ਮੰਡੀ ਆ ਕੇ ਸੈਟਲ ਹੋਏ ਔਰ ਬੂਟਾ ਮੰਡੀ ਨੂੰ ਪ੍ਰੋਮੀਨੈਂਸ ਲਗਾਉਣ ਵਾਸਤੇ, ਇੱਥੋਂ ਦੇ ਬੂਟਾ ਮੰਡੀਅਨਸ ਬਾਰੇ ਦੱਸਣ ਵਾਸਤੇ ਜਿਹੜਾ ਐਫਰਟ ਕਰ ਰਹੇ ਹੈਗੇ ਆ, ਰੀਅਲੀ ਐਪਰੀਸ਼ੀਏਟ। ਥੈਂਕ ਯੂ ਵੈਰੀ ਮੱਚ ਐਂਡ ਕੰਗਰੈਚੁਲੇਸ਼ਨ ਸਰ, ਜੈ ਹਿੰਦ। ਬਹੁਤ ਬਹੁਤ ਸ਼ੁਕਰੀਆ ਮੈਡਮ ਅਨੁਪਮ ਕਲੇਰ ਜੀ, ਤੁਹਾਡਾ ਅੱਜ ਦੇ ਇਸ ਬੁੱਕ ਲਾਂਚ ਪ੍ਰੋਗਰਾਮ ਦੇ ਵਿੱਚ ਆਉਣਾ ਸਾਡੇ ਲਈ ਬਹੁਤ ਸਨਮਾਨ ਦੀ ਗੱਲ ਹੈ, ਤਾਂ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਸ਼ੁਕਰੀਆ। ਅਤੇ ਨਾਲ ਹੀ ਮੈਂ ਬੇਨਤੀ ਕਰਾਂ ਸ਼੍ਰੀ ਅਵਤਾਰ ਨਾਥ ਜੀ, ਰਿਟਾਇਰਡ CA ਜੀ, ਕਿ ਉਹ ਵੀ ਮਾਈਕ 'ਤੇ ਆਉਣ ਅਤੇ ਅੱਜ ਦੇ ਇਸ ਬੁੱਕ ਲਾਂਚ ਪ੍ਰੋਗਰਾਮ ਦੇ ਵਿੱਚ ਆਪਣਾ ਸੰਬੋਧਨ ਕਰਨ। ਰਮੇਸ਼ ਚੰਦਰ ਜੀ ਅੰਮ੍ਰਿਤਸਰ ਸਾਹਿਬ ਨੇ ਕਿਤਾਬ ਲਿਖੀ ਬੂਟਾਮੰਡੀ ਨਰਵ ਸੈਂਟਰ ਆਫ ਕਰੇਜ ਚੇਤਨਾ। ਮੰਚ 'ਤੇ ਰਾਜਮਨ, ਸਤਿਕਾਰਯੋਗ ਸ਼ਸ਼ੀਧਰ ਔਰ ਮੇਰੇ ਜਿਹੜੇ ਸਾਥੀ ਇੱਥੇ ਆਏ ਨੇ, ਮੈਂ ਇਸ ਮੌਕੇ 'ਤੇ ਰਮੇਸ਼ ਚੰਦਰ ਜੀ ਨੂੰ, ਅਮਿਤ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਸ ਕਿਤਾਬ ਲਿਖਣ ਦੇ ਮੌਕੇ 'ਤੇ। ਇਹ ਉਹਨਾਂ ਦੀ ਤੀਸਰੀ ਕਿਤਾਬ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਨੇ ਜੋ ਲਿਖਿਆ ਨਰਵ ਸੈਂਟਰ ਔਫ ਦਲਿਤ ਚੇਤਨਾ, ਇਹ ਬਹੁਤ ਹੀ ਸੋਚ ਸਮਝ ਕੇ ਲਿਖਿਆ ਗਿਆ ਟਾਈਟਲ ਹੈ ਬੂਟਾਮੰਡੀ ਨਰਵ ਸੈਂਟਰ, ਆਪਣੇ ਸਰੀਰ ਦੀਆਂ ਨਰਵ ਹੁੰਦੀਆਂ ਨੇ, ਚਲਦੀਆਂ ਨੇ, ਔਰ ਦਲਿਤ ਚੇਤਨਾ, ਦਲਿਤ ਚੇਤਨਾ ਦੀ ਨਬਜ ਕਿਵੇਂ ਚੱਲਦੀ ਹੈ, ਉਹਦਾ ਸੈਂਟਰ ਐਪਿਕ ਸੈਂਟਰ ਬੂਟਾਮੰਡੀ ਹੈ। ਇਹਦੇ ਵਿੱਚ ਕੋਈ ਗਲਤ ਕਥਨੀ ਨਹੀਂ ਹੈ। ਮੈਂ ਪੰਜਾਬ ਦੇ ਵਿੱਚ ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਮੇਘਾਲਿਆ ਤੱਕ ਨੌਕਰੀ ਕੀਤੀ, ਆਪਣੀ ਜ਼ਿੰਦਗੀ ਦੇ ਵਿੱਚ ਕਰਨ ਦਾ ਮੌਕਾ ਮਿਲਿਆ। ਮੈਂ ਤੁਹਾਨੂੰ ਮਿਸਾਲ ਦੇਣੀ ਚਾਹੁੰਦਾ ਕਿ ਬੂਟਾ ਮੰਡੀ ਬਾਰੇ, ਬੂਟਾ ਮੰਡੀ ਸਿਰਫ ਪੰਜਾਬ ਨੂੰ ਨਹੀਂ ਪਤਾ, ਬੂਟਾ ਮੰਡੀ ਦਿੱਲੀ ਨੂੰ ਵੀ ਪਤਾ ਹੈ, ਬੂਟਾ ਮੰਡੀ ਤਾਮਿਲਨਾਡੂ ਨੂੰ ਵੀ ਪਤਾ ਹੈ, ਮੇਰੇ ਕੁਲੀਗ ਸੀਗੇ ਤਾਮਿਲਨਾਡੂ ਦੇ। ਜਦੋਂ ਤੰਨਣ ਕਾਂਡ ਹੋਇਆ ਬੂਟਾ ਮੰਡੀ ਦੇ ਅਗਵਾਈ, ਉਸ ਕਾਂਡ ਨੂੰ ਜਿਹੜੀ ਅਗਵਾਈ ਮਿਲੀ ਆ ਬੂਟਾ ਮੰਡੀ ਦੇ ਵੱਲੋਂ, ਬੱਲਾ ਵਾਲੇ ਸੰਤਾਂ ਦਾ ਦਰਦਨਾਕ ਕਤਲ ਜੋ ਆਸਟ੍ਰੇਲੀਆ ਦੇ ਵਿੱਚ ਹੋਇਆ ਸੀਗਾ, ਉਹ ਸਾਰੇ ਉਸ ਤੋਂ ਵੱਖ ਹੋ ਗਏ। ਉਹਨੇ ਦੱਸਿਆ ਕਿ ਮੇਰੇ ਕੁਲੀਗ ਤਾਮਿਲਨਾਡੂ ਦੇ ਰੈਵੋਲੂਸ਼ਨ
ਜੇ ਕਿਤੇ ਦੇਖਣੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਦੇਖੋ, ਬੂਟਾ ਮੰਡੀ ਦੇ ਵਿੱਚ ਦੇਖੋ ਕਿ ਦਿੱਲੀ ਵਿੱਚ ਕਿਹੜੀ ਗੁਫ਼ਤਗੂ ਹੋ ਰਹੀ ਹੈ ਉਸ ਬੰਦੇ ਨਾਲ। ਉਹ ਬੂਟਾ ਮੰਡੀ ਕਦੀ ਆਇਆ ਨਹੀਂ, ਉਹ ਤੰਦਰ ਕਦੀ ਆਇਆ ਨਹੀਂ, ਬੱਲਾ ਕਦੀ ਆਇਆ ਨਹੀਂ, ਲੇਕਿਨ ਗੱਲ ਕਰ ਰਿਹਾ ਕਿ ਜੇ ਦੇਸ਼ ਦੇ ਵਿੱਚ ਮੂਵਮੈਂਟ ਇਹ ਕੋਈ ਚਲਾਉਣੀ ਹੈ ਜਾਂ ਚੱਲ ਰਹੀ ਆ, ਉਹ ਬੂਟਾ ਮੰਡੀ ਦੀ ਖਾਤਰ ਚੱਲ ਰਹੀ ਹੈ। ਇਕੱਲੇ ਵੈਸਟਰ ਹੀ ਨੇ ਇਕੱਲੇ, ਇਹਨਾਂ ਸਿਰਫ ਆਪਣੀ ਆਈ ਐਫ ਐਸ ਦੀ ਨੌਕਰੀ ਨਹੀਂ ਕੀਤੀ, ਇਹਨਾਂ ਦਾ ਸ਼ੁਮਾਰ, ਇਹਨਾਂ ਦਾ ਨਾਮ ਸਾਹਿਤਕਾਰਾਂ ਦੇ ਵਿੱਚ ਵੀ ਸ਼ੁਮਾਰ ਹੋ ਗਿਆ ਹੈ। ਇਹਦੇ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਸਭ ਦਾ ਬਹੁਤ ਬਹੁਤ ਮਸ਼ਹੂਰ ਹਾਂ। ਔਰ ਇਸ ਦੇ ਨਾਲ ਕਿ ਇਹਨਾਂ ਨੇ ਪਰਸੋਂ ਆਏ ਸੀਗੇ, ਮੇਰੀ ਇਹਨਾਂ ਦੇ ਨਾਲ ਗੁਫ਼ਤਗੂ ਹੁੰਦੀ ਰਹਿੰਦੀ ਹੈ, ਕੰਟੈਕਟ ਬਣਿਆ ਰਹਿੰਦਾ ਆ। ਪਰਸੋਂ ਮੈਂ ਇੱਥੋਂ ਗਿਆ ਸੀ, ਮੈਨੂੰ ਕਹਿੰਦੇ ਪਰਸੋਂ ਤੁਸੀਂ ਜ਼ਰੂਰ ਆਉਣਾ, ਪਰਸੋਂ ਵੀ ਬੀਤਿਆ ਪਰਸੋਂ ਅਤੇ ਅੱਜ ਵਾਲਾ। ਮੈਂ ਕਿਹਾ ਜੀ ਮੈਂ ਬਿਲਕੁਲ ਆਵਾਂਗਾ, ਮੈਂ 8 ਵਜੇ ਚੱਲਿਆ ਚੰਡੀਗੜ੍ਹ ਤੋਂ, ਅਤੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਮੰਨਦਾ ਕਿ ਮੈਂ ਅੱਜ ਇਸ ਫੰਕਸ਼ਨ ਦੇ ਵਿੱਚ ਸ਼ਾਮਿਲ ਹੋ ਸਕਿਆ। ਔਰ ਮੈਨੂੰ ਇਸ ਫੰਕਸ਼ਨ ਨੂੰ ਆਪਣੇ ਵਿਅਕਤੀਗਤ ਤੌਰ 'ਤੇ ਮੈਂ ਲਿਖਿਆ ਔਰ ਇਹਦੇ ਵਿੱਚ ਸ਼ਾਮਿਲ ਹੋਇਆ, ਮੈਨੂੰ ਬਹੁਤ ਖੁਸ਼ੀ ਦਾ ਅਹਿਸਾਸ ਹੋਇਆ। ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਬਲਵੀਰ ਚੰਦਰ ਜੀ, ਵਾਈਸ ਪ੍ਰੈਜ਼ੀਡੈਂਟ ਅੰਬੇਡਕਰ ਮਿਸ਼ਨ ਸੁਸਾਇਟੀ, ਫੋਰਮਰ HOD ਪੋਲੀਟੀਕਲ ਸਾਇੰਸ ਡਿਪਾਰਟਮੈਂਟ, ਦੁਆਬਾ ਕਾਲਜ ਜਲੰਧਰ। ਡਾਕਟਰ ਅੰਬੇਡਕਰ ਅਗਰ ਅੰਬੇਡਕਰ ਬਣੇ ਨੇ ਤਾਂ ਉਹਨਾਂ ਦੇ ਵਿੱਚ ਬੁੱਕਸ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਆਪਣੇ ਜਿਹੜੇ ਰੈਫਰੈਂਸ ਦਿੱਤੇ ਨੇ ਉਹਨਾਂ ਦੇ ਵਿੱਚ ਵਰਕ, ਜੀ.ਐਸ. ਮਿਲ, ਲਾਸਕੀ ਔਰ ਕਈ ਐਸੇ ਵਿਚਾਰਕਾਂ ਦੇ ਨਾਂ ਲੈ ਨੇ ਜਿਨ੍ਹਾਂ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਉਹਨਾਂ ਨੇ ਆਪਣੇ ਥੋਟ ਡਿਵੈਲਪ ਕੀਤੇ ਨੇ। ਕਿਉਂਕਿ ਕੋਈ ਵੀ ਵਿਅਕਤੀ ਜਨਮ ਤੋਂ ਹੀ ਇੰਨੇ ਜ਼ਿਆਦਾ ਸੂਝਵਾਨ ਜਾਂ ਇੰਟੈਲੀਜੈਂਟ ਨਹੀਂ ਹੁੰਦਾ। ਜਿਹੜੀਆਂ ਸਾਡੀਆਂ ਕਿਤਾਬਾਂ ਨੇ, ਜਿਹੜੇ ਸਾਡੇ ਬੁੱਕਸ ਨੇ, ਉਹ ਵੀ ਬਹੁਤ ਵੱਡਾ ਸਰੋਤ ਹੁੰਦੇ ਨੇ ਜਿਹੜੇ ਸਾਡੇ ਵਿਅਕਤੀਤਵ ਨੂੰ ਨਿਖਾਰਦੇ ਨੇ। ਤਿਲਕ ਨੇ ਕਿਹਾ ਸੀ ਕਿਤਾਬਾਂ ਦੇ ਬਾਰੇ ਕਿ ਅਗਰ ਮੈਂ ਨਰਕ ਦੇ ਵਿੱਚ ਵੀ ਹੋਵਾਂ ਤਾਂ ਉੱਥੇ ਵੀ ਕਿਤਾਬਾਂ ਆ ਜਾਣ ਤਾਂ ਉਹ ਨਰਕ ਨੂੰ ਵੀ ਸਵਰਗ ਬਣਾ ਸਕਦੇ। ਔਰ ਇਸੇ ਤਰ੍ਹਾਂ ਹੀ ਜਿਹੜੀ ਬੁੱਕਸ ਦੇ ਬਾਰੇ ਆਪਣੇ ਪ੍ਰੀਤ ਲੜੀ, ਗੁਰਬਖਸ਼ ਸਿੰਘ ਪ੍ਰੀਤ ਲੜੀ ਜਿਹੜੇ ਪੰਜਾਬੀ ਦੇ ਨੇ, ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਸੀਗੀ। ਉਹਨਾਂ ਕਿਹਾ ਜਿਹੜੀ ਮਨੁੱਖ ਦੀ ਜਹਾਲਤ ਜਿਹੜੀ ਆ, ਇਹਦੀਆਂ ਨਿਸ਼ਾਨੀਆਂ ਕੀ ਨੇ? ਇਹਦੀਆਂ ਨਿਸ਼ਾਨੀਆਂ ਨੇ, ਅਸੀਂ ਕਹਿੰਦੇ ਪੁਲਿਸ ਨੇ, ਜੇਲ੍ਹਾਂ ਨੇ, ਅਦਾਲਤਾਂ ਨੇ। ਅਗਰ ਅਸੀਂ ਇਹਨਾਂ ਦੇ ਸਥਾਨ ਦੇ ਉੱਤੇ ਸਾਡੀਆਂ ਵੱਡੀਆਂ ਵੱਡੀਆਂ ਲਾਇਬ੍ਰੇਰੀਆਂ ਹੋ ਜਾਣ, ਸਾਡੀਆਂ ਬੁੱਕਸ ਆ ਜਾਣ, ਤਾਂ ਸਾਡੀ ਜਿਹੜੀ ਜੀਵਨ ਆ ਉਹ ਬਦਲ ਸਕਦਾ। ਰਮੇਸ਼ ਚੰਦਰ ਜੀ ਨੇ ਜਿਹੜੀ ਕਿਤਾਬਾਂ ਲਿਖੀਆਂ ਨੇ, ਬੁੱਕਸ ਲਿਖੀਆਂ, ਕਿਉਂਕਿ ਮੈਂ ਇਹਨਾਂ ਦੀ ਜਿਹੜੀ ਪਹਿਲੀ ਬੁੱਕ ਆ ਉਹਨੂੰ ਪੜ੍ਹਿਆ ਔਰ ਉਹ ਕੋਈ ਕਮ ਸੇ ਕਮ 250-300 ਪੇਜ ਦੀ ਕਿਤਾਬ ਸੀਗੀ ਔਰ ਉਹਦੇ ਵਿੱਚ ਉਹਨਾਂ ਨੇ ਡਾਕਟਰ B.R. ਅੰਬੇਡਕਰ ਦੇ ਬਾਰੇ ਬਹੁਤ ਕੁਛ ਲਿਖਿਆ ਔਰ ਬਹੁਤ ਵਧੀਆ ਲਿਖਿਆ, ਬਹੁਤ ਕਲੈਰਿਟੀ ਨਾਲ ਲਿਖਿਆ। ਔਰ ਅਗਰ ਤੁਸੀਂ ਉਹ ਆਪਾਂ ਇੱਕ ਪਹਿਲੀ ਬੁੱਕ ਪੜ੍ਹ ਲਈਏ, ਸਾਨੂੰ ਅੰਬੇਡਕਰ ਦੇ ਬਾਰੇ ਅਲੱਗ ਅਲੱਗ ਵਿਸ਼ਿਆਂ ਦੇ ਉਹਨਾਂ ਦੇ ਵਿਚਾਰ ਜਿਹੜੇ ਨੇ, ਕਿਉਂਕਿ ਸਿਰਫ ਅੰਬੇਡਕਰ ਨੇ, ਅਸੀਂ ਆਮ ਤੌਰ 'ਤੇ ਕਹਿੰਦੇ ਕਿ ਕਾਂਸਟੀਟਿਊਸ਼ਨ ਦੇ ਉਹ ਨਿਰਮਾਤਾ ਨੇ, ਉਹ ਤਾਂ ਹੈ ਹੀ ਆ, ਪਰ ਉਸ ਤੋਂ ਇਲਾਵਾ ਉਹਨਾਂ ਨੇ ਬੜਾ ਕੁਛ ਲਿਖਿਆ। ਉਹਨਾਂ ਨੇ ਇੰਟਰਨੈਸ਼ਨਲ ਲੈਵਲ 'ਤੇ, ਉਹਨਾਂ ਨੇ ਇਕਨੋਮਿਕ ਲੈਵਲ 'ਤੇ, ਉਹਨਾਂ ਨੇ ਸੋਸ਼ਲ ਲੈਵਲ 'ਤੇ, ਪਰ ਉਹਨਾਂ ਨੇ ਕੋਈ ਆਸਪੈਕਟ ਨਹੀਂ ਛੱਡਿਆ ਜ਼ਿੰਦਗੀ ਦਾ ਜਿਹਨੂੰ ਉਹਨਾਂ ਨੇ ਟੱਚ ਨਹੀਂ ਕੀਤਾ। ਇਸ ਲਈ ਇਹਨਾਂ ਨੇ
ਜਿਹੜੀ ਉਹ ਬੁੱਕ ਲਿਖੀ ਆ ਉਹਦੇ 'ਚ ਮਤਲਬ ਇੰਨੇ ਗੱਲਾਂ ਨੂੰ ਟੱਚ ਕੀਤਾ, ਇੰਨੇ ਵਿਸ਼ਿਆਂ ਨੂੰ ਟੱਚ ਕੀਤਾ, ਉਹਦੇ 'ਚ ਸਮਾਜਿਕ ਵੀ ਨੇ, ਉਹਦੇ 'ਚ ਰਾਜਨੀਤਿਕ ਵੀ ਨੇ, ਉਹਦੇ 'ਚ ਆਰਥਿਕ ਵੀ ਨੇ, ਉਹਦੇ 'ਚ ਸਾਡੇ ਡੇਲੀ ਕਰਪਸ਼ਨ ਦੇ ਮੁੱਦੇ ਵੀ ਨੇ, ਸੋਸ਼ਲ ਈਵਲਸ ਦੇ ਨਾਲ ਵੀ, ਪੋਲੀਟੀਕਲ ਪਾਰਟੀਜ਼ ਦੇ ਨਾਲ ਵੀ, ਮਤਲਬ ਬਹੁਤ ਡਿਟੇਲ ਦੇ ਵਿੱਚ ਉਹ ਬੁੱਕ ਜਿਹੜੀ ਆ ਉਹ ਲਿਖੀ ਆ। ਤਾਂ ਇਸ ਲਈ ਮਤਲਬ ਜਿਹੜੀ ਬੁੱਕ ਹੈਗੀ ਆ ਇਹਨਾਂ ਨੇ ਜਿਹੜੀ ਲਿਖੀ ਹੈਗੀ ਆ ਉਹ ਬਹੁਤ ਵਧੀਆ ਕਿਤਾਬ ਆ ਬੂਟਾ ਮੰਡੀ ਦੇ ਬਾਰੇ, ਕਿਉਂਕਿ ਜੋ ਸਾਨੂੰ ਗਿਆਨ ਆ, ਜੋ ਸਾਨੂੰ ਨੌਲੇਜ ਆ ਇੱਥੋਂ ਹੀ ਮਿਲੇਗਾ। ਤੋ ਮੈਂ ਜ਼ਿਆਦਾ, ਕਿਉਂਕਿ ਆਲਰੇਡੀ ਕਾਫੀ ਵਕਤ ਆ ਜਿਹੜਾ ਆ ਉਹ ਟਾਈਮ ਲੈ ਚੁੱਕੇ ਨੇ, ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਇਹੀ ਕਹਾਂਗਾ ਕਿ ਸਾਨੂੰ ਜਿਹੜੀ ਆ ਬੁੱਕਸ ਆ ਉਹ ਪੜ੍ਹਨੀ ਚਾਹੀਦੀ ਆ, ਕਿਉਂਕਿ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਕਿਤਾਬ ਲਿਖੀ ਆ, ਬਹੁਤ ਵਧੀਆ ਕਿਤਾਬ ਲਿਖੀ ਹੋਏਗੀ, ਔਰ ਅਸੀਂ ਉਹਨੂੰ ਪੜ੍ਹ ਕੇ ਉਹਦੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ, ਔਰ ਪਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਸਿਹਤਮੰਦ ਰੱਖੇ, ਇਸੇ ਤਰ੍ਹਾਂ ਹੀ ਹੋਰ ਕਿਤਾਬਾਂ ਜਿਹੜੀਆਂ ਨੇ ਉਹ ਸਮਾਜ ਦੀ ਝੋਲੀ ਪਾਉਂਦੇ ਰਹਿਣ। ਥੈਂਕ ਯੂ ਵੈਰੀ ਮੱਚ, ਜੈ ਸ਼੍ਰੀ ਜੈ। ਅਤੇ ਮੈਂ ਹੁਣ ਰਿਕੁਐਸਟ ਕਰਾਂ ਸ਼੍ਰੀ ਪਰਮਜੀਤ ਮਹੇਰ ਜੀ ਕਿ ਉਹ ਮੰਚ 'ਤੇ ਹੋਣ, ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕਰਨ। ਸ਼੍ਰੀ ਪਰਮਜੀਤ ਮਹੇਰ ਜੀ, ਮੈਨੂੰ ਵਾਕਿਆ ਯਾਦ ਹੈ ਕਿ ਸਾਡੇ ਪਿਤਾ ਜੀ ਸਾਡੇ ਕੋਲ ਅਕਸਰ ਅਖਬਾਰਾਂ ਦੇ ਆਰਟੀਕਲ ਐਡੀਟੋਰੀਅਲਸ ਆਉਂਦੇ ਹੁੰਦੇ ਸੀ, ਜੋ ਪੜ੍ਹੇ ਲਿਖੇ ਸੀ, ਪਰ ਸਾਨੂੰ ਜਾਣ ਕੇ ਕਹਿੰਦੇ ਸੀ ਕਿ ਆਹ ਕਾਕਾ ਸੁਣਾ ਪੜ੍ਹ ਕੇ ਤਾਂ ਕਿ ਇਸਨੂੰ ਵੀ ਕੁਛ ਗਿਆਨ ਹੋ ਜਾਏ, ਅਤੇ ਅਸੀਂ ਸੁਣਾਉਂਦੇ ਸੀ। ਅਤੇ ਡਾਕਟਰ ਅੰਬੇਦਕਰ ਜੀ 1952 ਬੂਟਾ ਮੰਡੀ ਆਏ, ਅਤੇ ਇਸ ਧਰਤੀ ਵੀ ਆਏ, ਅਤੇ ਕਿਸ਼ਨ ਚੰਦ ਜੀ ਅਤੇ ਕੱਲ੍ਹ ਰਾਤ ਬਜ਼ੁਰਗ ਸਾਡੇ ਸੁਣਾਉਂਦੇ ਹੁੰਦੇ ਸੀ ਕਿ ਜਿਹੜੇ ਲੋਕ ਬਾਬਾ ਸਾਹਿਬ ਨੂੰ ਉਸ ਵੇਲੇ ਉਹਨਾਂ ਦੇ ਦਰਸ਼ਨਾਂ ਨੂੰ ਚੁਆਰੇ 'ਚ ਆਉਂਦੇ, ਸੇਠ ਕਿਸ਼ਨਦਾਸ ਦਾ ਚੁਆਰਾ ਅਤੇ ਸੇਠ ਗੁਰੂ ਜੀ ਰਾਮ ਜੀ ਦਾ ਚੁਆਰਾ ਬੂਟਾ ਮੰਡੀ ਦੇ, ਦੋ ਬੜੇ ਫੇਮਸ ਅਸਥਾਨ ਹੋਏ, ਅਸਲ ਲੋਕ ਚੁਆਰੇ ਦੇ ਨਾਂ ਜਾਣਦੇ। ਜੇ ਕਿਸੇ ਸ਼ਹਿਰ ਤੋਂ ਆਲੇ ਦੁਆਲੇ ਮਾਰਕੀਟ 'ਚ ਆਉਣਾ ਤਾਂ ਤੁਸੀਂ ਕਿੱਥੇ ਜਾਣਾ? ਉਹ ਕਹਿੰਦੇ ਸੇਠ ਗੁਰੂ ਜੀ ਰਾਮ ਦੇ ਚੁਆਰੇ ਲੱਗੇ ਉਤਰਨਾ। ਕਿੱਥੇ ਉਤਰਨਾ? ਸੇਠ ਕਿਸ਼ਨ ਚੰਦ ਜੀ ਦੇ ਚੁਆਰੇ ਦੇ ਲੱਗੇ। ਉਹਨਾਂ ਚੁਆਰੇ ਬੜੇ ਮਸ਼ਹੂਰ ਸੀ ਉਸ ਵੇਲੇ, ਬੂਟਾ ਮੰਡੀ 'ਤੇ ਸਿਆਸਤ ਦਾ ਗੜ ਸੀ ਅਤੇ ਮੰਜੇ ਮੂਹਰੇ ਦਾ ਕੇ ਬੈਠੇ ਰਹਿੰਦੇ ਸੀ। ਆਖਿਰਕਾਰ ਸਿਆਸੀ ਗੱਲਾਂ, ਸਮਾਜਿਕ ਚੇਤਨਤਾ ਦੀਆਂ ਗੱਲਾਂ, ਸਾਡੇ ਲੋਕ ਕਿੱਦਾਂ ਤਰੱਕੀ ਕਰਨ, ਇਹ ਅਕਸਰ ਉਹਨਾਂ ਮੂਹਰੇ ਮੰਜਿਆਂ 'ਤੇ ਬੈਠ ਕੇ ਪੰਜਾਬ ਪੰਜਾਬੀ ਬਹੁਤ ਚੰਗਾ ਲੱਗਾ। ਆਉਣ ਵਾਲਾ ਹੈ ਅਜਿਹਾ ਇੱਕ ਇਨਕਲਾਬ ਹੈ ਦੋਸਤੋ, ਹੁਣ ਕੀੜੀਆਂ ਦੇ ਪਾਉਣ 'ਚੋਂ ਸੁਲੇਮਾਨ ਪੈਦਾ। ਸੋਚ ਹੈ ਜਦੋਂ ਅੰਬੈਸਡਰ ਸਾਹਿਬ ਨੂੰ ਪੜ੍ਹਨਗੇ, ਇਹਨਾਂ ਦੇ ਆਰਟੀਕਲ ਪੜ੍ਹਨਗੇ, ਇਹਨਾਂ ਦੇ ਬਲੌਗਸ ਨੂੰ ਪੜ੍ਹਨਗੇ, ਅਤੇ ਸੁਲੇਮਾਨ ਆਪਣੇ ਆਪ ਪੜ੍ਹ ਕੇ ਉੱਪਰ ਦੂੰਗੇ, ਕਿਉਂਕਿ ਸੁਲੇਮਾਨ ਇੱਕ ਇਨਸਾਫ ਪਸੰਦ ਰਾਜਾ ਸੀ ਅਤੇ ਅੱਜ ਰਾਜੇ ਡਾਕਟਰ ਅੰਬੇਦਕਰ ਨੇ ਵੋਟਾਂ ਦੇ ਵਿੱਚੋਂ ਪੈਦਾ ਕਰ ਦਿੱਤੇ ਨੇ, ਬੁਲਟ ਬੌਕਸ ਦੇ ਵਿੱਚ ਪੈਦਾ ਕਰ ਦਿੱਤੇ ਨੇ। ਅਮੀਰ ਗਰੀਬ ਦਾ ਬਰਾਬਰੀ ਇੱਕ ਹੋਰ ਦੇ ਵਿੱਚ ਬਣ ਕੇ ਰੱਖ ਦਿੰਦੀ ਆ, ਅਤੇ ਸਮਾਂ ਇੱਦਾਂ ਦਾ ਆਇਆ ਕਿ ਹੁਣ 24 ਦਾ ਇਲੈਕਸ਼ਨ ਵੀ ਇੱਧਰ ਜਾਂਦੇ ਜਾਂਦੇ ਮਾੜਾ ਜਿਹਾ ਡੰਗ ਮਾਰ ਜਾਂਦਾ। ਇਹਨਾਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਹੈ। ਜੇ ਬਾਬਾ ਸਾਹਿਬ ਦੀ ਸਹੀ ਬੋਰਡ ਦਾ ਆਪਾਂ ਇਸਤੇਮਾਲ ਕਰ ਲਿਆ ਤਾਂ ਆਪਾਂ ਦੁਸ਼ਮਣ ਕਤਲ ਕਰ ਦਿਆਂਗੇ, ਜੇ ਨਹੀਂ ਕਰ ਸਕੇ ਤਾਂ ਖੁਦ ਕਤਲ ਹੋ ਜਾਵਾਂਗੇ। ਇਸ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਇਆ ਆਪਾਂ ਨੂੰ ਇਸ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ। ਇਹਨਾਂ ਲਫਾਜ਼ਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਸਭ ਤੋਂ ਪਹਿਲਾਂ ਦੇਸ਼ ਦੁਆਬਾ ਟੈਲੀਵਿਜ਼ਨ ਕੈਲੀਫੋਰਨੀਆ ਦਾ ਬਹੁਤ ਮਸ਼ਹੂਰ ਹਾਂ, ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸਪੈਸ਼ਲ ਕਰਨ ਲਈ ਅੱਜ ਦਾ ਫੰਕਸ਼ਨ, ਜਿਹੜਾ ਮੇਰਾ ਬੁੱਕ ਰਿਲੀਜ਼, ਬੁੱਕ ਲਾਂਚ, ਬੁੱਕ ਜਿਹੜੀ ਬੂਟਾ ਮੰਡੀ ਨਰਵ ਸੈਂਟਰ ਆਫ ਦਲਿਤ ਚੇਤਨਾ ਰਿਲੀਜ਼ ਹੋ ਰਹੀ ਹੈ ਅੱਜ ਅੰਬੇਦਕਰ ਭਵਨ ਜਲੰਧਰ 'ਚ।
ਮੈਂ ਬਹੁਤ ਮਸ਼ਕੂਰ ਹਾਂ ਮੇਰੇ ਮਿੱਤਰ ਪ੍ਰੇਮ ਚੁੰਬਰ ਸਾਹਿਬ ਦਾ, ਜਿਨ੍ਹਾਂ ਜਿਹੜੇ ਕਿ ਹਮੇਸ਼ਾ ਅੰਬੇਦਕਰ ਟਾਈਮਸ ਦੇ ਜ਼ਰੀਏ, ਦੇਸ਼ ਤੋਂ ਅਬਾ ਆਪਣੇ ਪੇਪਰ ਦੇ ਜ਼ਰੀਏ ਮੇਰੇ ਮੀਡੀਆ ਪਾਰਟਨਰ ਬਣੇ ਆ। ਮੇਰਾ ਬਲੌਗ ਹਰ ਹਫ਼ਤੇ ਉਹ 'ਚ ਛਪਦਾ ਆ, ਡਿਪਲੋਮੈਟਿਕ ਟਿਟਬਿਟਸ ਮੈਂ ਲਿਖਦਾ। ਉਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਵੀ ਮੇਰੇ 'ਤੇ ਸਪੈਸ਼ਲ ਕਲਿਪਸ ਬਣਾਏ ਆ, ਇੰਟਰਵਿਊ ਵੀ ਹੋਏ ਆ, ਔਰ ਅੱਜ ਕਿਉਂਕਿ ਮੇਰੇ ਮੀਡੀਆ ਪਾਰਟਨਰ ਪਹਿਲੀਆਂ ਕਿਤਾਬਾਂ 'ਚ ਵੀ ਰਹਿ ਚੁੱਕੇ ਆ, ਤਾਂ ਮੈਂ ਉਹਨਾਂ ਦਾ ਬਹੁਤ ਮਸ਼ਕੂਰ ਹਾਂ। ਇਸ ਅੱਜ ਦੇ ਸ਼ੁਭ ਦਿਹਾੜੇ 'ਤੇ ਹਮੇਸ਼ਾ ਮੇਰੀ ਮਦਦ ਕਰਦੇ ਆ। ਅੱਜ ਦੀ ਜਿਹੜੀ ਕਿਤਾਬ ਆ ਉਹਦੇ ਵਿੱਚ ਇਹਨਾਂ ਦੇ ਵੱਡੇ ਭਰਾ ਜਿਹੜੇ ਸੀ ਐਲ ਚੁੰਬੜ, ਉਹ ਵੀ ਮੇਰੇ ਮਿੱਤਰ ਸਨ। ਬੜੀ ਇੱਕ ਅਚਾਨਕ ਦੀ ਗੱਲ ਸੀ ਕਿ ਇਹ ਬੂਟਾ ਮੰਡੀ ਦੇ ਵਿੱਚ ਹੀ ਉਹਨਾਂ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸਮ ਟਾਈਮ ਇਨ 1986-87। ਤਾਂ ਬੂਟਾ ਮੰਡੀ ਦੇ ਫੰਕਸ਼ਨ ਦੇ ਉੱਤੇ ਹੀ ਉਹਨਾਂ ਨੇ ਆਪਣਾ ਜਿਹੜਾ ਪੇਪਰ ਕੱਢਦੇ ਸੀ ਕੌਮੀ ਉਡਾਰੀਆਂ, ਉਹ ਰਿਲੀਜ਼ ਕਰਵਾਇਆ ਮੇਰੇ ਕੋਲੋਂ ਪਹਿਲਾ ਇਸ਼ੂ ਉਹਦਾ। ਅਤੇ ਉਹ ਫੋਟੋ ਵੀ ਇਸ ਕਿਤਾਬ ਦੇ ਵਿੱਚ ਹੈ ਜਿਹੜੀ ਅੱਜ ਰਿਲੀਜ਼ ਹੋਣੀ ਆ। ਇਹ ਇੱਕ ਕੋਇੰਸੀਡੈਂਸ ਆ ਅਤੇ ਬਹੁਤ ਅੱਛੀ ਗੱਲ ਆ। ਮੈਂ ਅੱਜ ਦੇ ਮੌਕੇ 'ਤੇ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ। ਜਿਹੜਾ ਅੱਜ ਦਾ ਫੰਕਸ਼ਨ ਆ ਇੱਕ ਬਹੁਤ ਹੀ ਸੋਲਮ ਫੰਕਸ਼ਨ ਆ, ਜਿਹਦੇ ਵਿੱਚ ਬੂਟਾ ਮੰਡੀ ਦੀ ਨਾਰੀ ਸ਼ਕਤੀ, ਅੱਜ ਇਨਾਗੁਰੇਸ਼ਨ ਦੇ ਵਿੱਚ ਜਿਹੜੀ ਬੂਟਾ ਮੰਡੀ ਦੀ ਨਾਰੀ ਸ਼ਕਤੀ ਆ, ਨਾਰੀ ਸ਼ਕਤੀ ਜਿਹੜੀ ਇੱਥੇ ਦੀ IAS ਪਹਿਲੀ IAS ਆ ਬਬੀਤਾ ਕਲੇਰ, ਉਹ ਹੈਲਥ ਸੈਕਟਰੀ ਦਾ ਮੁਕਾਬਲ ਉਹ ਹੈਗੇ CEO ਹੈਲਥ ਏਜੰਸੀ ਪੰਜਾਬ ਦੀ, ਉਹਨਾਂ ਦੀ ਹੋਰ ਇੱਕ ਦੂਸਰੀ ਅਨੁਪਮ ਕਲੇਰ, ਉਹ ਕਮਿਸ਼ਨਰ ਆ ਕਪੂਰਥਲਾ ਮਿਊਂਸਪਲ ਕਾਰਪੋਰੇਸ਼ਨ ਦੇ, ਫਗਵਾੜਾ ਮਿਊਂਸਪਲ ਕਾਰਪੋਰੇਸ਼ਨ ਦੇ। ਦੋ ਹੋਰ ਲੇਡੀਜ਼ ਨੇ ਅੱਜ ਹੋਰ ਆਉਣਾ ਸੀ, ਜਿਹੜੀਆਂ ਕਿ ਜੱਜ ਆ, ਸੈਸ਼ਨ ਜੱਜ ਜਸਵਿੰਦਰ ਸ਼ੀਮਾਰ ਅਤੇ ਸੈਸ਼ਨ ਚੀਫ ਜੁਡੀਸ਼ਲ ਮੈਜਿਸਟਰੇਟ ਪੁਸ਼ਪਾ ਕਲੇਰ, ਉਹਨਾਂ ਨੇ ਅੱਜ ਆਉਣਾ ਸੀ, ਪਰ ਇਲੈਕਸ਼ਨ ਕਰਕੇ ਜਾਂ ਇਸ ਪੋਸਟ ਦੀ ਸੈਂਸਿਟਿਵਿਟੀ ਕਰਕੇ ਉਹਨਾਂ ਨੂੰ ਹਾਈ ਕੋਰਟ ਤੋਂ ਇਜਾਜ਼ਤ ਨਹੀਂ ਮਿਲੀ ਤਾਂ ਨਹੀਂ ਆਈਆਂ, ਪਰ ਸਾਡੇ ਨਾਲ ਆ। ਇਹਦਾ ਮੈਂ ਨਾਂ ਹੀ ਅੱਜ ਰੱਖਿਆ ਨਾਰੀ ਸ਼ਕਤੀ ਔਰ ਬੂਟਾ ਮੰਡੀ ਇਸ ਇਨੈਗੁਰੇਸ਼ਨ 'ਤੇ। ਫਿਰ ਇਹਦੇ ਵਿੱਚ ਇਸ ਅੱਜ ਦੇ ਫੰਕਸ਼ਨ 'ਤੇ ਜਿਹਦੀ ਖਾਸ ਇਨਵੋਲਵਮੈਂਟ ਆ ਉਹ ਹੈਗੇ ਮੇਰੇ ਮਿੱਤਰ ਜਿਹੜੇ ਕਿ ਸਾਡੇ ਬੁੱਧੀਜੀਵੀ ਇੱਕ ਫੇਸ ਆ ਸਾਡੇ ਸਮਾਜ ਦੇ, ਡਾਕਟਰ ਗਿਆਨ ਕੌਲ, ਉਹ ਹੋਣਗੇ। ਉਹਨਾਂ ਨੇ ਇਸ ਕਿਤਾਬ ਦਾ ਫੋਰਵਰਡ ਵੀ ਲਿਖਿਆ ਅਤੇ ਬਹੁਤ ਸੁਲਝੇ ਆਦਮੀ ਆ। ਅਤੇ ਦੂਸਰੇ ਇਸ ਭਵਨ ਦੇ ਜਿਹੜੇ ਕਾਰਕੁਨ ਆ ਉਹਨਾਂ ਨੇ ਮੇਰੀ ਬੜੀ ਮਦਦ ਕੀਤੀ ਆ, ਬਲਦੇਵ ਰਾਜ ਜੀ ਨੇ ਔਰ ਸਾਰੇ ਟਰੱਸਟ ਨੇ, ਅੰਬੇਦਕਰ ਭਵਨ ਟਰੱਸਟ ਨੇ, ਉਹ ਵੀ ਇੱਥੇ ਹੋਣਗੇ। ਬੂਟਾ ਮੰਡੀ ਦੇ 100 ਸਾਲ ਦਾ ਇਤਿਹਾਸ ਜਿਹੜਾ ਆ ਉਹ ਇੱਕ ਖਾਸ ਇਤਿਹਾਸ ਆ, ਉਹ ਸਾਡੇ ਸਮਾਜ ਲਈ ਖਾਸ ਕਰਕੇ ਅਵੇਕਨਿੰਗ ਜਿਹੜੀ ਹੋਈ ਆ ਇਹ ਬੂਟਾ ਮੰਡੀ ਤੋਂ ਹੋਈ ਆ। ਤਾਂ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਮੈਂ ਇਸ ਸੈਂਟਨਰੀ ਈਅਰ 'ਚ ਉਹਨਾਂ ਦੇ 100 ਸਾਲ ਹੋਣ 'ਤੇ ਆਪਣਾ ਥੋੜ੍ਹਾ ਬਹੁਤਾ ਇੱਕ ਨਾਚੀਜ਼ ਆਦਮੀ ਹੋਣ ਦੇ ਨਾਤੇ ਯੋਗਦਾਨ ਪਾ ਰਿਹਾ। ਇਹਦੇ ਵਿੱਚ ਮੇਰੀ ਮਦਦ ਕੀਤੀ ਆ। ਇਸ ਕਿਤਾਬ ਦੇ 3 ਪਾਰਟ ਬਣਾਏ ਗਏ ਆ। ਪਹਿਲੇ ਪਾਰਟ ਦੇ ਵਿੱਚ ਹੈਗਾ ਆ ਫਰੋਮ ਦਾ ਪੈਨਸ ਆਫ ਸੰਸ ਆਫ ਦਾ ਸੋਇਲ, ਬੂਟਾ ਮੰਡੀ ਦੀ ਜੰਮਪਲ ਦੀ ਬਾਰੇ, ਬੂਟਾ ਮੰਡੀ ਬਾਰੇ ਕੁਛ ਲਿਖਿਆ, ਜਿਹਦੇ ਵਿੱਚ ਪਰਮਜੀਤ ਮਹੇ, ਹਰਮੇਸ਼ ਜੱਸੜ, ਮਦਨ ਬਲੇਨਾ, ਖੁਸ਼ਵਿੰਦਰ ਬਿੱਲਾ, ਮਹੇਸ਼ ਚੰਦਰ, ਇਹਨਾਂ ਦੀਆਂ ਲਿਖਤਾਂ ਕਵਿਤਾਵਾਂ ਵੀ ਆ, ਲਿਖਤਾਂ ਵੀ ਆ, ਉਹ ਦਰਜ ਆ। ਦੂਸਰੇ ਪਾਰਟ ਦੇ ਵਿੱਚ ਦ ਬਿਟਸ ਐਂਡ ਪੀਸਸ ਜੋ ਮੇਰਾ ਆ ਉਹ ਅੰਗਰੇਜ਼ੀ 'ਚ ਆ, ਉਹਦੇ ਵਿੱਚ 51 ਆਰਟੀਕਲ ਆ।
ਬੂਟਾ ਮੰਡੀ ਔਰ ਬੂਟਾ ਮੰਡੀ ਦੇ ਸੰਬੰਧਿਤ ਆਰਟੀਕਲ ਆ, ਬੂਟਾ ਮੰਡੀ ਦੇ ਬੰਦਿਆਂ ਬਾਰੇ, ਬੂਟਾ ਮੰਡੀ ਦੀ ਪਰਸਨੈਲਿਟੀ ਬਾਰੇ, ਬੂਟਾ ਮੰਡੀ ਦੇ ਰੋਲ ਐਂਡ ਕੰਟਰੀਬਿਊਸ਼ਨ ਬਾਰੇ ਸਾਰਾ ਕੁਛ ਉਸ ਕਿਤਾਬ 'ਚ ਆ। ਇਹਦਾ ਤੀਸਰਾ ਹਿੱਸਾ ਹੈਗਾ ਆ ਪਿਕਸ ਆਫ ਦਾ ਐਡੀਟਰ, ਐਡੀਟਰਸ ਪਿਕਸ, ਕਿ ਐਡੀਟਰ ਨੇ ਖੁਦ ਆਪਣੀ ਮਰਜ਼ੀ ਨਾਲ ਕੁਛ ਇੱਧਰ ਚੁੱਕਿਆ, ਜਿਹਦੇ ਵਿੱਚ ਪ੍ਰੀਤਰਨ ਅਮਦਾਸਪੁਰ ਜਿਹੜੀ ਕਿ ਬੂਟਾ ਮੰਡੀ ਦੀ ਇੱਕ ਰਿਨਾਊਂਡ ਪਰਸਨੈਲਿਟੀ ਆ, ਉਹਨਾਂ ਦੀ ਕਵਿਤਾਵਾਂ ਆ। ਉਹਦੇ ਵਿੱਚ ਜੈਰਾਂ ਪਰਵਾਨਾ ਮੇਰੇ ਖੁਦ ਚਾਚਾ ਜੀ, ਉਹਨਾਂ ਦੀ ਕਵਿਤਾਵਾਂ ਆ। ਉਹਦੇ ਉਹ ਇਸੇ ਪਾਠ ਦੇ ਵਿੱਚ ਗੁਰਦਾਸ ਰਾਮ ਆਲਮ ਦੀ ਕਵਿਤਾ ਆ, ਜਿਹੜੇ ਸਮਾਜ ਬਾਰੇ, ਉਹ ਕਵਿਤਾ ਜਿਹੜੀ ਕਿ ਬਾਬਾ ਸਾਹਿਬ ਅੰਬੇਦਕਰ ਦੇ 1951 ਜਦੋਂ ਇੱਥੇ ਆਏ ਸੀ ਸਟੇਜ ਤੋਂ ਪੜ੍ਹੀ ਗਈ ਸੀ ਉਹਨਾਂ ਦੇ ਸਾਹਮਣੇ, ਉਹ ਕਵਿਤਾ ਆ। ਫਿਰ ਗੁਰਦਾਸ ਰਾਮ ਆਲਮ ਦੀ ਇੱਕ ਕਵਿਤਾ 'ਤੇ ਰਿਸਰਚ ਹੋਈ ਆ, PhD ਕੀਤੀ ਆ ਮੇਰੇ, PhD ਜੋ ਕੁੜੀ ਕਰਦੀ ਸੀ ਉਹ ਮੇਰੇ ਨਾਲ ਟੱਚ ਸੀਗੀ, ਡਾਕਟਰ ਸਰਵਪ੍ਰਿਆ ਰਾਜ GNU ਤੋਂ ਕੀਤੀ ਆ ਆਲਮ 'ਤੇ, ਉਹਦੀ ਕਵਿਤਾ ਅਸ਼ੂਤ ਦਾ ਇਲਾਜ, ਉਹਨੇ ਅੰਗਰੇਜ਼ੀ 'ਚ ਲਿਖੀ, ਉਹਨੂੰ ਟ੍ਰਾਂਸਲੇਸ਼ਨ ਕੀਤਾ ਉਹ ਆ। ਬਾਬਾ ਸਾਹਿਬ ਅੰਬੇਦਕਰ ਨੇ ਜਿਹੜੀ ਸਪੀਚ ਬੂਟਾ ਮੰਡੀ ਦਿੱਤੀ ਸੀ 1951 'ਚ, ਉਹ ਇਸ ਕਿਤਾਬ ਦਾ ਹਿੱਸਾ ਹੈ। ਇਹ ਕਿਤਾਬ ਆ, ਮੈਨੂੰ 256 ਪੇਜ ਦੀ ਕਿਤਾਬ ਹੈਗੀ ਆ। ਮੈਨੂੰ ਪੂਰੀ ਉਮੀਦ ਆ ਕਿ ਜੇ ਮੇਰਾ ਜਿਹੜਾ ਉਪਰਾਲਾ ਆ ਥੋੜ੍ਹਾ ਬਹੁਤ ਹੀ ਐਫਰਟ ਹੈ, ਉਹ ਲੋਕਾਂ ਨੂੰ ਕੁਛ ਜਾਗਰੂਕ ਵੀ ਕਰੇਗੀ, ਕੁਛ ਇਨਫੋਰਮੇਸ਼ਨ ਵੀ ਦੇਵੇਗੀ। ਤਾਂ ਹੋ ਸਕਦਾ ਬਹੁਤ ਸਾਰੀਆਂ ਕਮੀਆਂ ਵੀ ਰਹਿ ਗਈਆਂ ਹੋਣ, ਕਿਉਂਕਿ ਮੈਂ ਕੋਈ ਜ਼ਿਆਦਾ ਇੰਟਲੈਕਚੁਅਲ ਤਾਂ ਨਹੀਂ ਹੈ, ਕਮੀਆਂ ਮੇਰੀਆਂ ਹੋਣ, ਉਹ ਕਮੀਆਂ ਮੇਰੀਆਂ ਆਪਣੀਆਂ ਆ। ਜੇ ਇਸ ਕਿਤਾਬ ਦਾ ਫਾਇਦਾ ਕਿਸੇ ਨੂੰ ਹੁੰਦਾ ਆ ਤਾਂ ਇਹ ਸਾਰਾ ਫਾਇਦਾ ਜਿਹੜੇ ਮੇਰੇ ਕੰਟਰੀਬਿਊਟਰ ਆ, ਮੇਰੇ ਪੜ੍ਹਨ ਵਾਲੇ ਆ, ਇਹ ਮੇਰੇ ਖਿਆਲ ਉਹਨਾਂ ਦੇ ਆ। ਪਰ ਇੱਕ ਗੱਲ ਜ਼ਰੂਰ ਮੈਂ ਇੱਥੇ ਰਜਿਸਟਰ ਕਰਨਾ ਚਾਹੁੰਦਾ, ਅੱਜ ਮੇਰੀ ਪਤਨੀ ਮੇਰੀ ਇੱਕ ਬੈਕਬੋਨ ਰਹੀ ਆ, ਜਿਹੜੀ ਕਿ ਹੁਣ ਨਹੀਂ ਰਹੇ, ਪਿਛਲੇ 2-4 ਮਹੀਨੇ ਉਹਨਾਂ ਉਹ ਮੇਰੇ ਤੋਂ ਵਿਛੜ ਗਏ, ਉਹ ਮੈਨੂੰ ਮੋਟੀਵੇਟ ਕੀਤਾ। ਇਹ ਕਿਤਾਬ ਉਹਨਾਂ ਨੂੰ ਡੈਡੀਕੇਟਡ ਵੀ ਆ। ਜਿਹੜਾ ਮੁੱਖ ਡੈਡੀਕੇਸ਼ਨ ਹੈਗਾ ਬੂਟਾ ਮੰਡੀ ਦੇ 4 ਰਨਰਸ ਨੂੰ ਆ, ਜਿਹਦੇ ਵਿੱਚ ਸੇਠ ਕਿਸ਼ਨ ਦਾਸ, ਸੇਠ ਖੁਸ਼ੀ ਰਾਮ, ਸੇਠ ਮੁਨਸ਼ੀ ਰਾਮ, ਸਵਾਮੀ ਲਾਲਜੀ ਲਾਲਜੀ ਦਾਸ ਔਰ ਬੀਬੀ ਮਲਾਵੀ, ਜਿਹੜੇ ਸਾਡੇ ਫਰੰਟ ਰਨਰ, ਉਹਨਾਂ ਨੂੰ ਡੈਡੀਕੇਟਡ ਆ। ਅਤੇ ਨਾਲ ਸਪੈਸ਼ਲ ਡੈਡੀਕੇਸ਼ਨ ਹੈ ਮੇਰੀ ਵਾਈਫ ਨੂੰ। ਅਤੇ ਨਾਲ ਹੀ ਮੈਂ ਇਸ ਗੱਲ ਦਾ ਫਾਇਦਾ ਉਠਾ ਕੇ ਕਹਿਣਾ ਚਾਹੁੰਦਾ ਕਿ ਮੇਰਾ ਪਰਿਵਾਰ, ਮੇਰੇ ਪਰਿਵਾਰ ਦੇ ਵਿੱਚ ਮੇਰਾ ਬੇਟਾ, ਉਹਨੇ ਇਹਨੂੰ ਪ੍ਰੂਫ ਰੀਡਿੰਗ ਅੰਗਰੇਜ਼ੀ ਪਾਠ ਦਾ ਕੀਤਾ। ਜਿਹੜੇ ਪੰਜਾਬੀ ਪਾਠ ਆ ਮੇਰੇ ਦੂਸਰੇ ਭਤੀਜਿਆਂ ਨੇ, ਖਾਸ ਕਰਕੇ ਪਰਵੇਜ਼ ਚੰਦਰ ਨੇ, ਉਹਨਾਂ ਸਭ ਨੇ ਮੇਰੀ ਬਹੁਤ ਮਦਦ ਕੀਤੀ ਆ। ਅਤੇ ਬਲਦੇਵ ਰਾਜ ਭਾਰਦਵਾਜ ਨੇ ਇਹਨੂੰ ਛਪਾਈ ਕਰਨ ਲਈ ਨੇਹਾ ਕੰਪਿਊਟਰਸ ਪਬਲੀਕੇਸ਼ਨ ਤੋਂ, ਅਤੇ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਖਾਸ ਕਰਕੇ ਡਾਕਟਰ ਗਿਆਨ ਚੰਦ ਕੌਲ ਦਾ, ਜਿਨ੍ਹਾਂ ਨੇ ਇਹਦਾ ਫੋਰਵਰਡ ਲਿਖ ਕੇ ਬਹੁਤ ਲੋਕਾਂ ਨੂੰ ਕੁਛ ਥੋੜ੍ਹੀ ਹਿੰਮਤ ਵੀ ਦਿੱਤੀ ਆ। ਤਾਂ ਮੈਨੂੰ ਵੀ ਲੱਗਾ ਇਸ ਕਿਤਾਬ ਨੂੰ ਵੀ ਉਹਨਾਂ ਨੇ ਵੈਲਿਊ ਵਧਾਈ ਆ। ਮੈਂ ਜ਼ਿਆਦਾ ਨਾ ਕਹਿ ਕੇ ਫਿਰ ਪ੍ਰੇਮ ਚੁੰਬੜ ਸਾਹਿਬ ਦਾ, ਅੰਬੇਦਕਰ ਟਾਈਮਸ ਦਾ, ਦੇਸ਼ ਦੁਆਬਾ ਦਾ ਔਰ ਦੇਸ਼ ਦੁਆਬਾ ਟੈਲੀਵਿਜ਼ਨ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਸਮਾਗਮ ਨੂੰ ਸਪੈਸ਼ਲ ਕਵਰੇਜ ਦਿੱਤੀ। ਥੈਂਕ ਯੂ ਵੈਰੀ ਮੱਚ।